ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜਤੇਂਦਰ ਸਿੰਘ ਰੰਦਾਵਾ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਚੈਨਲ ਯੂਐਸ ਇਮੀਗ੍ਰੇਸ਼ਨ ਐਂਡ ਪੋਲਟਿਕਸ ਦਾ ਇਹ 에ਪੀਸੋਡ ਲੈ ਕੇ ਆਪ ਸਾਹਮਣੇ ਹਾਜ਼ਰ ਹੋਇਆ ਇੱਕ ਵਾਰੀ ਫੇਰ ਸਾਡੇ ਸਟੂਡੀਓ ਵਿੱਚ ਹਾਜ਼ਰ ਅਮਰੀਕਾ ਦੇ ਉੱਗੇ ਵਕੀਲ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਡਲਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਸਿੰਘ ਜੀ ਬਹੁਤ ਸਾਰੇ ਇਤਰਾ ਜਿਹੜਾ ਆਪਾਂ ਦੇਖਦੇ ਰਹਿੰਨੇ ਆ ਇਲੈਕਸ਼ਨ ਆਈਆਂ ਇਲੈਕਸ਼ਨ ਹੋ ਗਈਆਂ ਉਸ ਤੋਂ ਬਾਅਦ ਨਵੇਂ ਜਿਹੜੇ ਕਾਨੂੰਨ ਜਿਹੜੇ ਪਿਛਲੇ ਸੀਗੇ ਉਹ ਜੋ ਬਾਈਡਨ ਨੇ ਉਹਨਾਂ ਨੂੰ ਸਾਰਿਆਂ ਨੂੰ ਸਟਾਪ ਕੀਤਾ ਨਵੇਂ ਰੂਲਸ ਲਾਗੂ ਕੀਤੇ ਤੇ ਬਹੁਤ ਜਨਤਾ ਜਿਹੜੀ ਆ ਅਮਰੀਕਾ ਦੇ ਨਾਲ ਨਾਲ ਜਿਹੜੀ ਬਾਹਰ ਰਹਿੰਦੇ ਆ ਜਿਹੜੇ ਜਿਨ੍ਹਾਂ ਨੇ ਆਲੇ ਆਉਣਾ ਉਹ ਬਹੁਤ ਜ਼ਿਆਦਾ ਖੁਸ਼ ਆ ਤੇ ਬਹੁਤ ਸਾਰੀਆਂ ਤਬਦੀਲੀਆਂ ਵੀ ਆਈਆਂ ਸਭ ਤੋਂ ਪਹਿਲਾਂ ਤਾਂ ਆਪਾਂ ਤਬਦੀਲੀਆਂ ਬਾਰੇ ਇੱਕ ਵਾਰੀ ਫੇਰ ਥੋੜਾ ਜਿਹਾ ਅਪਡੇਟ ਕਰ ਦਈਏ ਆਪਣੀ ਆਡੀਅנס ਨੂੰ ਰੰਧਾਵਾ ਸਾਹਿਬ ਇੱਕ ਤਾਂ ਆਪਾਂ ਜਿਵੇਂ ਲਾਸਟ ਟਾਈਮ ਵੀ ਦੱਸਿਆ ਵੀ ਐਗਜ਼ੀਕਟਿਵ ਆਰਡਰ ਕੀਤੇ ਆ ਬਾਈਡਨ ਸਾਹਿਬ ਨੇ ਉਹਦੇ ਵਿੱਚ ਜਿਹੜੇ ਮੇਨ ਪ੍ਰਮੁੱਖਤਾ ਇਹੀ ਹੈ ਅਜੇ ਤੱਕ ਕਿ ਜਿਹੜੀ ਦੁਬਾਰ ਬੰਦ ਰਹੀ ਸੀ ਉਹ ਰੋਕੀ ਆ ਜੀ ਉਹਦੇ ਨਾਲ-ਨਾਲ ਉਹਨਾਂ ਨੇ ਜਿਹੜੇ ਡਾਕਾ ਵਾਲਾ ਜਿਹੜਾ ਪ੍ਰੋਗਰਾਮ ਸੀ ਜਿਹੜੇ ਬੱਚੇ ਅਨਡਾਕੂਮੈਂਟਡ ਆਏ ਆ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਬੰਦ ਕੀਤਾ ਸੀ ਫਿਰ ਸੁਪਰੀਮ ਕੋਰਟ ਨੇ ਉਹਨਾਂ ਦੇ ਫੇਵਰ ਚ ਕੀਤਾ ਉਹ ਦੁਬਾਰਾ ਰੀਨਸਟੇਟ ਕਰਤਾ ਜੀ ਜੀ ਤੇ ਉਹਦੇ ਨਾਲ-ਨਾਲ ਜਿਹੜਾ ਸੈਂਸਸ ਸੀਗਾ ਇਹਦੇ ਵਿੱਚੋਂ ਟਰੰਪ ਨੇ ਜਿਹੜੇ ਆਨ ਡਾਕੂਮੈਂਟਡ ਬੰਦੇ ਸੀ ਉਹ ਸਾਰੇ ਕੱਢਦੇ ਸੀ ਜਦੋਂ ਕਿਹੜਾ ਕਨਸਟੀਟਿਊਸ਼ਨ ਆ ਉਹ ਇਹ ਚ ਕੋਈ ਫਰਕ ਨਹੀਂ ਕਰਦਾ ਅਮਰੀਕਾ ਦਾ ਕਿ ਸੈਂਸਸ ਦੇ ਵਿੱਚ ਸਿਟੀਜ਼ਨ ਹੀ ਹੋਣ ਜਾਂ ਗ੍ਰੀਨ ਕਾਰਡ ਹੋਣ ਜਾਂ ਦੂਤੀ ਹੋਣ ਉਹ ਵੀ ਦੁਬਾਰਾ ਰੀਇਨਸਟੇਟ ਕੀਤਾ ਉਹਨਾਂ ਨੇ ਕਿ ਉਹਨਾਂ ਨੂੰ ਤੁਸੀਂ ਨਹੀਂ ਕੱਢ ਸਕਦੇ ਜਦੋਂ ਅਮਰੀਕਾ 'ਚ ਰਹਿ ਰਹੇ ਨੇ ਇੱਥੋਂ ਦੀਆਂ ਸਾਰੀਆਂ ਫੈਸਿਲਿਟੀਆਂ ਯੂਜ਼ ਕਰ ਰਹੇ ਤੁਸੀਂ ਕਿੱਦਾਂ ਕੱਢ ਸਕਦੇ ਹੋ ਉਹਦੇ ਨਾਲ ਨਾਲ ਫਿਰ ਉਹਨਾਂ ਨੇ ਇੱਕ ਹੋਰ ਚੀਜ਼ ਕੀਤੀ ਇੰਪੋਰਟੈਂਟ ਉਹ ਐਸੀ ਵੀ ਜਿੰਨੇ ਵੀ ਰੂਲ ਐਂਡ ਰੈਗੂਲੇਸ਼ਨ ਇਮੀਗ੍ਰੇਸ਼ਨ ਦੇ ਬਾਬਤ ਜਾਂ ਹੋਰਾਂ ਡਿਪਾਰਟਮੈਂਟਾਂ 'ਚ ਵੀ ਟਰੰਪ ਸਰਕਾਰ ਨੇ ਬਣਾਏ ਸੀ ਉਹ ਸਾਰੇ ਉਹਨਾਂ ਨੇ ਰਿਵਰਸ ਕਰਤੇ ਤਾਂ ਕਹਿਤਾ ਵੀ ਮੈਨੂੰ ਪੁੱਛੇ ਬਣਾ ਜਾਂ ਜਿਹੜਾ ਪੋਲਿਟੀਕਲ ਹੈੱਡ ਹੋਊਗਾ ਡਿਪਾਰਟਮੈਂਟ ਦਾ ਉਹਨੂੰ ਪੁੱਛੇ ਬਣਾ ਲਾਗੂ ਨਹੀਂ ਕਰਨੇ ਤੇ ਇਹਦੇ ਨਾਲ ਨਾਲ ਜਿਹੜਾ ਉਹਨਾਂ ਨੇ ਇੱਕ ਬਿੱਲ ਰੱਖਿਆ ਤੇ ਹਾਊਸ ਐ ਸੈਨੇਟਰ ਨੂੰ ਕਿਹਾ ਇਹਨੂੰ ਪਾਸ ਕਰੋ 100 ਦਿਨ ਦੇ ਵਿੱਚ ਵਿੱਚ ਜਿਹਦਾ ਨਾਂ ਹੈਗਾ ਕਿ ਆਪਣਾ ਸਿਟੀਜ਼ਨਸ਼ਿਪ ਐਕਟ ਆਫ 2021 ਨੂੰ ਜੀ ਜੀ ਉਹਦੇ ਵਿੱਚ ਵੀ ਬੜੀਆਂ ਇੰਪੋਰਟੈਂਟ ਗੱਲਾਂ ਜਿਹੜੀਆਂ ਕੁਝ ਰੱਖੀਆਂ ਜਿਨ੍ਹਾਂ ਦੇ ਵਿੱਚ ਇਕタミン ਇਹ ਨਹੀਂ ਸੀ ਵੀ ਜਿਹੜੇ ਬੰਦੇ 1 ਜਨਵਰੀ 2021 ਤੋਂ ਪਹਿਲਾਂ ਇੱਥੇ ਰਹਿ ਰਹੇ ਆ ਉਹਨਾਂ ਨੂੰ ਜਿਹੜੇ ਅਨ ਡਾਕੂਮੈਂਟਡ ਨੇ ਉਹਨਾਂ ਨੂੰ 5 ਸਾਲਾਂ ਤੱਕ ਜਿਹੜੇ ਹੈਗੇ ਵਰ ਪਰਮਿਟ ਦੇਣੇ ਤੇ ਆਉਣ ਜਾਣ ਦੀ ਪਰਮਿਸ਼ਨ ਦੇਣੀ 5 ਸਾਲਾਂ ਬਾਅਦ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਆ ਜੀ ਜੀ ਉਹ ਬੈਕ ਫਾਈਨ ਦੇ ਕੇ ਟੈਕਸ ਦੇ ਕੇ ਤੇ ਆਪਣਾ ਜਿਹੜਾ ਬੈਕਗ੍ਰਾਉਂਡ ਚੈੱਕ ਕਰਕੇ ਉਸ ਤੋਂ ਬਾਅਦ ਉਹ ਮੁੜ ਕੇ ਦੁਬਾਰਾ ਜਿਹੜੀ ਹੈਗੀ ਆ ਉਹ ਸਿਟੀਜ਼ਨਸ਼ਿਪ ਕਰ ਸਕਦੇ ਆ 8 ਸਾਲ ਬਾਅਦ ਇੱਕ ਤਾਂ ਇਹ ਰੱਖਿਆ ਉਹਦੇ ਚ ਜੀ ਦੂਸਰਾ ਦੇ ਚ ਇਹ ਰੱਖਿਆ ਗਿਆ ਕਿ ਜਿਹੜੇ ਬੰਦੇ ਤੁਹਾਡ ਰਿਪੋਰਟ ਹੋ ਕੇ ਗਏ ਆ ਪਿਛਲੇ 3 ਸਾਲਾਂ ਚ ਉਹਨਾਂ ਨੂੰ ਵੀ ਆਉਣ ਦੀ ਪਰਮਿਸ਼ਨ ਹੋਏਗੀ ਪਰ ਉਹ ਹੁਣ ਪਤਾ ਨਹੀਂ ਵੀ ਕਿ ਕਿੰਨੀ ਦੇ ਰਹੇ ਹੋਣ ਜਾਂ ਕਿੰਨੂ ਹੋਏਗੀ ਜੀ ਉਹ ਜਾਂ ਇਹ ਜਿਹੜੀ ਮਤਲਬ ਇਹ ਪ੍ਰੋਵੀਜ਼ਨ ਐ ਪਾਸ ਵੀ ਹੋਏਗੀ ਅਲਟੀਮੇਟਲੀ ਉਹਦੇ ਨਾਲ ਨਾਲ ਜਿਹੜੀ ਸੈਲਮ ਦੀ 1 ਇਅਰ 바ਰ ਹੁੰਦੀ ਵੀ ਹੁਣ ਇਹ ਆ ਵੀ ਜਿਹੜਾ ਸੈਲਮ ਦਾ ਕੇਸ ਸਾਲ ਚ ਕੀਤਾ ਜਾ ਸਕਦਾ ਉਹ ਬੰਦਾ ਹੁੰਦਾ ਹੂੰ ਹੂੰ ਜੇ ਸਾਲ ਤੋਂ ਬਾਅਦ ਕਰਦਾ ਤਾਂ ਉਹ ਸੈਲਮ ਲਈ ਐਲੀਜੀਬਲ ਨਹੀਂ ਹੁੰਦਾ ਉਹ ਵਿਧਹੋਲਡਿੰਗ ਆਫ ਰਿਮੂਵਲ ਜਾਂ ਪ੍ਰੋਟੈਕਸ਼ਨ ਅੰਡਰ ਕੈਟਲੀਮ ਹੁੰਦਾ ਐਲੀਜੀਬਲ ਉਹਦੇ ਵਾਸਤੇ ਕੀਤਾ ਗਿਆ ਵੀ ਉਹ ਸਾਲ ਦੀ ਬਾਰ ਜਿਹੜੀ ਖਤਮ ਕੀਤੀ ਜਾਊਗੀ ਫਿਰ ਜਦੋਂ ਇੱਥੋਂ ਕੋਈ ਬੰਦਾ ਓਵਰਸਟੇ ਕਰਕੇ 6 ਮਹੀਨੇ ਤੋਂ ਬਾਅਦ ਜਾਂਦਾ ਜਾਂ ਰਿਪੋਰਟ ਹੁੰਦਾ ਉਹਨੂੰ ਆਮ ਤੌਰ ਤੇ 10 ਸਾਲ ਦੀ ਬਾਰ ਲੱਗਦੀ ਹੈ ਜੀ ਜੀ ਤੇ ਉਹ ਵੀ ਇਹਨਾਂ ਨੇ ਜਿਹੜੀਆਂ ਬਾਰ ਖਤਮ ਕਰਤੀਆਂ ਵੀ 10 ਸਾਲ ਦੀ ਬਾਰ ਜਿਹੜੀ ਆ ਉਹ ਨਹੀਂ ਲੱਗੇਗੀ ਤੇ ਉਹਨੂੰ ਮਤਲਬ ਖਤਮ ਕਰੋ ਇਹਦੇ ਨਾਲ ਨਾਲ ਜਿਹੜੇ ਡਾਕਾ ਵਾਲੇ ਬੱਚੇ ਨੇ ਤੇ ਜਿਹੜੇ ਫਾਰਮ ਵਰਕਰ ਨੇ ਤੇ ਇੱਕ ਜਿਨਾਂ ਕੋਲ ਟੈਂਪੋਰੀ ਪ੍ਰੋਟੈਕਟਿਡ ਸਟੇਟਸ ਹੈਗਾ ਜੀ ਉਹਨਾਂ ਨੂੰ ਇਹ ਕਿਹਾ ਵੀ ਰਾਈਟਵੇ ਗ੍ਰੀਨ ਕਾਰਡ ਲੈ ਸਕਣਗੇ ਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਮਤਲਬ 5 ਸਾਲ ਵੇਟ ਕਰਨ ਦੀ ਲੋੜ ਨਹੀਂ ਇਹ ਇਹਨਾਂ ਨੇ ਰੱਖਿਆ ਹੁਣ ਆਪਣੇ ਸਰੋਤਿਆਂ ਨੂੰ ਮੈਂ ਇਹ ਗੱਲ ਲਾਸਟ ਟਾਈਮ ਵੀ ਕਹੀ ਸੀ ਹੁਣ ਵੀ ਕਹਿ ਰਿਹਾ ਕਿ ਜਿਹੜਾ ਇਹ ਬਿੱਲ ਰੱਖਿਆ ਅਜੇ ਤਾਂ ਇਹ ਇੱਕ ਪ੍ਰਪੋਜ਼ਲ ਆ ਜਾਂ ਕਹਿ ਲੋ ਵੀ ਉਹਨਾਂ ਨੇ ਆਪਣਾ ਜਿਹੜੀ ਵਿਚਾਰ ਦਿੱਤਾ ਵੀ ਸਾਡੀ ਐਡਮਿਨਿਸਟ੍ਰੇਸ਼ਨ ਇਹ ਸੋਚਦੀ ਆ ਜਾਂ ਬਾਈਡਨ ਸਾਹਿਬ ਇਹ ਚਾਹੁੰਦੇ ਵੀ ਇਦਾਂ ਦਾ ਬਿੱਲ ਜਿਹੜਾ ਉਹ ਪਾਸ ਹੋਵੇ ਜੀ ਹੁਣ ਜਿਹੜਾ ਬਿੱਲ ਪਾਸ ਹੋਣਾ ਉਹ ਸੈਨੇਟ ਤੇ ਹਾਊਸ ਸੋਣਾ ਅਸੀਂ ਦਾ ਜ਼ਿਕਰ ਇਸ ਕਰਕੇ ਕਰਦੇ ਆਂ ਬਾਰ-ਬਾਰ ਕਿਉਂਕਿ ਇਸ ਟਾਈਮ ਤੇ ਹਾਊਸ ਸੈਨੇਟ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਮжоਰਿਟੀ ਹੈ ਜੇ ਇਹਨਾਂ ਦੀ ਮжоਰਿਟੀ ਨਾ ਹੁੰਦੀ ਤਾਂ ਇੱਕ ਤਾਂ ਇਹ ਸੀ ਵੀ ਬਾਈਡਨ ਸਾਹਿਬ ਨੇ ਬਿੱਲ ਹੀ ਨਹੀਂ ਸੀ ਰੱਖਣਾ ਉਹਨਾਂ ਨੂੰ ਪਤਾ ਸੀ ਪਾਸ ਨਹੀਂ ਹੋਣਾ ਪਰ ਜੇ ਉਹ ਰੱਖ ਵੀ ਇੰਦੇ ਤਾਂ ਸਾਨੂੰ ਆਸ ਨਹੀਂ ਸੀ ਹੋਣੀ ਵੀ ਮжоਰਿਟੀ ਹੈ ਨਹੀਂ ਇਹ ਹੋਣਾ ਨਹੀਂ ਕੋ ਅੱਗੇ ਵੀ ਪਹਿਲਾਂ ਓਬਾਮਾ ਨੇ ਵੀ ਕੋਸ਼ਿਸ਼ ਕੀਤੀ ਉਦੋਂ ਪਹਿਲਾਂ ਜਾਰਜ ਬੁਸ਼ ਨੇ ਕੋਸ਼ਿਸ਼ ਕੀਤੀ ਵੀ ਬਿੱਲ ਬਣੇ ਪਰ ਉਹ ਨਹੀਂ ਬਣ ਸਕਿਆ ਤੇ ਟਰੰਪ ਨੇ ਤਾਂ ਖਰ ਕੋਸ਼ਿਸ਼ ਨਹੀਂ ਕੀਤੀ ਉਹਦਾ ਹੋਰ ਪਾਸੇ ਸੀਗਾ ਉਹਨੇ ਤਾਂ ਸਗੋ ਉਲਟ ਕੋਸ਼ਿਸ਼ ਕੀਤੀ ਵੀ ਸਾਰੇ ਬੰਦੇ ਤੁਹਾਡ ਰਿਪੋਰਟ ਹੋਣ ਜਿਨੇ ਸਾਰੇ ਕੈਟਗਰੀਆਂ ਹੈਗੀਆਂ ਇਹਨਾਂ ਨੂੰ ਬੰਦ ਕੀਤਾ ਜਾਵੇ ਰੈਸਟ੍ਰਿਕਸ਼ਨ ਲੱਗੇ ਇਸ ਕਿਸਮ ਦੇ ਕਦਮ ਚੁੱਕੇ ਅਸੈਲਮ ਨੂੰ ਤਾਂ ਉਹ ਖਤਮ ਹੀ ਕਰਨਾ ਚਾਹੁੰਦਾ ਸੀ ਟਰੰਪ ਬਿਲਕੁਲ ਜਿਨੇ ਉਹਨੇ ਕਾਰਵਾਈਆਂ ਕੀਤੀਆਂ ਜੋ ਵੀ ਚੇਂਜਸ ਕੀਤੀਆਂ ਉਹ ਕਾਫੀ ਜ਼ਿਆਦਾ ਅਸੈਲਮ ਦੇ ਪ੍ਰੋਸੈਸ ਨੂੰ ਜਿਹੜਾ ਸਵਿਅਰਲੀ ਆਪਾਂ ਕਹਿ ਲਈਏ ਵੀ ਰੈਸਟ੍ਰਿਕਟ ਕਰਨ ਵਾਸਤੇ ਕੀਤੀਆਂ ਬਾਕੀ ਜਿਹੜੇ ਬੰਦੇ ਅਨ ਡਾਕੂਮੈਂਟਡ ਆਏ ਉਥੋਂ ਬਾਟਰ ਤੋਂ ਲੰਘ ਕੇ ਤੇ ਉਹ ਆਪਾਂ ਦੇਖਿਆ ਹੀ ਆ ਵੀ ਕਿੰਨੇ ਬੰਦੇ ਥੋਂ ਰਿਪੋਰਟ ਕੀਤੇ ਕਿਉਂਕਿ ਉਹਦੇ ਵਿੱਚ ਇਹਨਾਂ ਨੇ ਜਿਹੜੀ ਕ੍ਰੈਡਿਬਲ ਫੇਅਰ ਇੰਟਰਵਿਊ ਹੈ ਪਹਿਲੀ ਉਹ ਚ ਫੇਲ ਕਰਤੇ ਜਦੋਂ ਉਹ ਚ ਫੇਲ ਹੋ ਜਾਂਦਾ ਬੰਦਾ ਫਿਰ ਉਹਦਾ ਅੱਗੇ ਕੇਸ ਹੀ ਨਹੀਂ ਲੱਗਦਾ ਸੈਲਮ ਦਾ ਤੇ ਉਥੋਂ ਰਿਪੋਰਟ ਕਰੀਗੇ ਜੀ 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 ਜਿਨ੍ਹਾਂ ਦੇ ਲੱਗ ਵੀ ਗਏ ਉਹਨਾਂ ਨੂੰ ਬਾਉਂਡ ਨਹੀਂ ਦਿੱਤੇ ਜਾਂ ਅੰਦਰੋਂ ਹੀ ਮਤਲਬ ਇਸ ਕਿਸਮ ਦਾ ਬਹੁਤ ਸਖਤੀ ਕੀਤੀ ਪਰ ਇਹਨਾਂ ਦੇ ਆਉਣ ਨਾਲ ਏਕਾਸ ਮਤਲਬ ਬਣੀ ਆ ਆਪਾਂ ਹੁਣ ਆਪਣੇ ਪਿਛਲੇ ਇੰਟਰਵਿਊਆਂ ਚ ਵੀ ਦੱਸ ਦੇ ਰਹੇ ਆ ਵੀ ਜਿਹੜੀ ਇਹ ਇਲੈਕਸ਼ਨ ਹੋਈ ਆ ਉਦੋਂ ਇਲੈਕਸ਼ਨ ਹੋਣੀ ਜੀ ਤੇ ਆਪਾਂ ਇਹ ਕਹਿੰਦੇ ਸੀ ਵੀ ਜਿਹੜੀ ਇਲੈਕਸ਼ਨ ਹੋਏਗੀ ਅਮਰੀਕਾ ਦੀ ਇਹ ਇਮੀਗ੍ਰੇਸ਼ਨ ਲਈ ਬੜੀ ਫੈਸਲਾਕੁਨ ਇਲੈਕਸ਼ਨ ਆ ਜੀ ਕਿਉਂਕਿ ਇਹ ਤੈਅ ਕਰੇਗੀ ਕਿ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦਾ ਕੀ ਭਵਿੱਖ ਆ ਤੇ ਹੁਣ ਬਾਈਡਨ ਦੇ ਚਤਨ ਦੇ ਨਾਲ ਜਿਹੜੇ ਇਮੀਗ੍ਰੇਸ਼ਨ ਦੇ ਫੇਵਰ ਦੇ ਬੰਦੇ ਨੇ ਜਿਵੇਂ ਮਤਲਬ ਅਸੀਂ ਆ ਜਿਹੜੇ ਕਿ ਇਹ ਚਾਹੁੰਦੇ ਆ ਵੀ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਜਿਹੜੀ ਆ ਜੀ ਉਹ ਅੱਗੇ ਨਾਲੋਂ ਵੀ ਜ਼ਿਆਦਾ ਵਧੀਆ ਹੋਵੇ ਤੇ ਵੱਧ ਤੋਂ ਵੱਧ ਬੰਦੇ ਇੱਥੇ ਪੱਕੇ ਹੋਣ ਤੇ ਜਿਹੜੀਆਂ ਸਾਰੀਆਂ ਲੀਗਲ ਕੈਟੇਗਰੀਆਂ ਹੈਗੀਆਂ ਉਹ ਸਾਰੀਆਂ ਚੱਲਣ ਤੇ ਉਹਨਾਂ ਜਿਹੜਾ ਟਾਈਮ ਹੁਣ 20-20 ਸਾਲ 15-15 ਸਾਲ ਲੱਗ ਰਿਹਾ ਉਹ ਟਾਈਮ ਘਟੇ ਉਹਨਾਂ ਵਾਸਤੇ ਇਹ ਬੜੀ ਚੰਗੀ ਗੱਲ ਆ ਕਿ ਬਾਈਡਨ ਜਿੱਤੇ ਤੇ ਉਸ ਤੋਂ ਵੀ ਨਾਲ ਇੱਕ ਹੋਰ ਚੰਗੀ ਗੱਲ ਹੋ ਗਈ ਕਿ ਜਿਹੜਾ ਇਹਨਾਂ ਦੀ ਸੈਨੇਟ ਦੇ ਵਿੱਚ ਮжоਰਿਟੀ ਆ ਗਈ ਤੇ ਜਾਰਜੀਆ ਦੇ ਵਿੱਚ ਜਿਹੜੀਆਂ ਦੋ ਸੀਟਾਂ ਉਹ ਜਨਵਰੀ ਦੇ ਵਿੱਚ ਮਤਲਬ ਡੈਮੋਗੈਟਿਕ ਪਾਰਟੀ ਜਿੱਤ ਗਈ ਇਹਦਾ ਵੀ ਮਤਲਬ ਬੜਾ ਇਮੀਗ੍ਰੇਸ਼ਨ ਤੇ ਪੋਜ਼ਿਟਿਵ ਅਸਰ ਪਿਆ ਹੁਣ ਜਿਹੜਾ ਉਹਨਾਂ ਨੇ ਇਹ ਰੱਖੀ ਆ ਪ੍ਰਪੋਜ਼ਲ ਜਿਹੜਾ ਮੈਂ ਗੱਲ ਬਾਰ-ਬਾਰ ਕਹਿਨਾ ਪ੍ਰੋਗਰਾਮਾਂ 'ਚ ਉਹ ਇਹ ਕਹਿੰਦਾ ਵੀ ਅਜੇ ਉਹ ਲਾ ਨਹੀਂ ਬਣਿਆ। ਜੀ। ਸੋ ਜਿਹੜੇ ਸਾਡੇ ਸਰੋਤੇ ਨੇ ਉਹ ਕੁਐਸਚਨ ਵੀ ਕਰਦੇ ਨੇ ਜਾਂ ਪ੍ਰੋਗਰਾਮ ਸੁਣਦੇ ਨੇ ਉਹਨਾਂ ਨੂੰ ਬੇਨਤੀ ਆ ਵੀ ਅਜੇ ਕਾਨੂੰਨ ਨਹੀਂ ਬਣਿਆ ਤੇ ਇਸ ਕਰਕੇ ਅਜੇ ਇਹਦੇ ਆਧਾਰ 'ਤੇ ਤੁਸੀਂ ਆਪਣੀ ਕੋਈ ਫਾਰਮ ਪਲਾਨ ਨਾ ਬਣਾਓ ਜਾਂ ਇਹ ਗੱਲ ਨਾ ਅਜੇ ਆਪਣੇ ਦਿਮਾਗ 'ਚ ਲਿਆਓ ਵੀ ਇਹ ਹੋ ਗਿਆ। ਜੀ ਜੀ। ਇਹ ਤਾਂ ਇੱਕ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਇੱਕ ਵਿਊ ਪੁਆਇੰਟ ਆ ਵੀ ਇਦਾਂ ਦਾ ਲਾਭ ਵੰਡਣਾ ਚਾਹੀਦਾ। ਹਮ। ਤੇ ਕਿਉਂਕਿ ਉਹਨਾਂ ਦੀ ਮੈਜੋਰਿਟੀ ਆ ਉਹਦੇ ਕਰਕੇ ਉਹਨੂੰ ਆਸ ਆ ਵੀ ਬਣੇਗਾ। ਜੀ। ਪਰ ਅਮਰੀਕਾ ਦੇ ਪ੍ਰੈਜ਼ੀਡੈਂਟ ਕੋਲ ਕੋਈ ਪਾਵਰ ਨਹੀਂ ਕਿ ਉਹ ਬਿਨਾ ਲਾ ਬਣਾਏ ਆਪਣੇ ਆਪ ਹੀ ਸਾਰੇ ਬੰਦਿਆਂ ਨੂੰ ਪੱਕਾ ਕਰ ਦਵੇ ਜਾਂ ਜਿਹੜੀਆਂ ਆ ਚਾਰ ਪ੍ਰਪੋਜ਼ਲਾਂ ਰੱਖੀਆਂ ਜਿਹੜੀਆਂ ਆਪਾਂ ਗੱਲ ਕੀਤੀ ਆ ਵੀ ਇਹਨਾਂ ਨੂੰ ਇੰਪਲੀਮੈਂਟ ਕਰ ਦਵੇ ਜੀ ਇਹ ਜਿਹੜੀ ਅਧਿਕਾਰ ਹੈ ਇਹ ਅਮਰੀਕਨ ਕਾਂਗਰਸ ਕੋਲ ਆ ਜਿਹਦੇ ਵਿੱਚ ਕਿ ਸੈਨੇਟ ਤੇ ਹਾਊਸ ਆਫ ਰੈਪ੍ਰੈਜ਼ੈਂਟੇਟਿਵ ਦੇ ਮੈਂਬਰ ਨੇ ਉਹਨਾਂ ਵਿੱਚੋਂ ਜਦੋਂ ਲਾ ਕੋਈ ਵੀ ਪਾਸ ਹੁੰਦਾ ਤੇ ਉਹ ਫਿਰ ਪ੍ਰੈਜ਼ੀਡੈਂਟ ਕੋਲ ਜਾਂਦਾ ਪ੍ਰੈਜ਼ੀਡੈਂਟ ਸਾਈਨ ਕਰਦਾ ਫਿਰ ਉਹ ਕਾਨੂੰਨ ਬਣਦਾ ਜੀ ਸੋ ਅਜੇ ਤੱਕ ਇਹ ਜਿਹੜਾ ਲਾ ਹੈਗਾ ਪਾਸ ਨਹੀਂ ਹੋਇਆ ਪਾਸ ਹੋਣ ਦੀ ਉਮੀਦ ਜ਼ਰੂਰ ਆ ਕੋਈ ਇਸ ਕਰਕੇ ਕਿ ਮжоਰਿਟੀ ਹੈਗੀ ਡੈਮੋਕ੍ਰੈਟਿਕ ਪਾਰਟੀ ਦੀ ਦੋਨਾਂ ਹਾਊਸਾਂ ਦੇ ਵਿੱਚ ਜੀ ਲੇਕਿਨ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਸ ਫਾਰਮ ਦੇ ਵਿੱਚ ਇਹ ਲਾ ਜਿਹੜਾ ਹੈਗਾ ਉਹ ਬਣਾਉਣ ਵਾਸਤੇ ਭੇਜਿਆ ਗਿਆ ਇਹ ਇਸੇ ਫਾਰਮ ਚ ਪਾਸ ਹੋਏਗਾ ਇਹਦੇ 'ਚ ਇਹ ਹੋ ਸਕਦਾ ਵੀ ਕਈ ਗੱਲਾਂ ਉਹਦੇ ਵਿੱਚੋਂ ਕੱਢੀਆਂ ਜਾਣ ਇਹ ਪੌਸਿਬਿਲਟੀ ਹੈਗੀ ਆ ਕਿ ਉਹਨੂੰ ਥੋੜਾ ਜਿਹੜਾ ਹੈ ਉਹ ਨੈਰੋ ਕੀਤਾ ਜਾਵੇ ਜਾਂ ਰੈਸਟ੍ਰਿਕਟ ਕੀਤਾ ਜਾਵੇ ਜੀ ਜੀ ਤੇ ਇਹਦੇ ਵਿੱਚੋਂ ਜਿਹੜੀਆਂ ਕੁਝ ਗੱਲਾਂ ਕੱਢੀਆਂ ਜਾਣ ਕੁਝ ਰਹਿ ਜਾਣ ਹੂੰ ਇਹ ਹੁਣ ਜਦੋਂ ਫਾਈਨਲ ਪਾਸ ਹੋਏਗਾ ਉਦੋਂ ਪਤਾ ਲੱਗੇਗਾ ਸੋ ਅਜੇ ਅਸੀਂ ਇਹਦਾ ਜ਼ਿਕਰ ਇਸ ਕਰਕੇ ਕਰ ਰਹੇ ਆ ਵਾਰ-ਵਾਰ ਕਿ ਇਹ ਉਹਨਾਂ ਨੇ ਰੱਖੀ ਆ ਪ੍ਰਪੋਜ਼ਲ ਬੜੀ ਚਲਾਗਾ ਹੋਊਗਾ ਤੇ ਇਸ ਤਰ੍ਹਾਂ ਹੋਣਾ ਚਾਹੀਦਾ ਪਰ ਕੀ ਹੋਏਗਾ ਇਹਦੇ ਬਾਰੇ ਆਪਾਂ ਜੇ ਕਹਿ ਨਹੀਂ ਸਕਦੇ ਹੁਣ ਕਾਫੀ ਬੰਦੇ ਜਿਹੜੇ ਹੈਗੇ ਆ ਉਹ ਕੁਐਸਚਨ ਕਰਦੇ ਆ ਮੈਨੂੰ ਵੀ ਈਮੇਲਾਂ ਆਉਂਦੀਆਂ ਫੋਨ ਆਉਦੇ ਤੁਹਾਨੂੰ ਵੀ ਮੈਂ ਆਪਣੇ ਚੈਨਲ ਤੇ ਵੀ ਆਉਂਦੀਆਂ ਈਮੇਲਾਂ ਕਿ ਜੀ ਜਿਹੜਾ ਬਾਈਡਨ ਸਾਹਿਬ ਨੇ ਕਾਨੂੰਨ ਬਣਾਇਆ ਇਹਦੇ ਵਿੱਚ ਅਸੀਂ ਆ ਜਾਾਂਗੇ ਵੀ ਸਾਨੂੰ ਰਹਿੰਦਿਆਂ ਨੂੰ 20 ਸਾਲ ਹੋ ਗਏ 30 ਸਾਲ ਹੋ ਗਏ ਇਥੇ ਜਾਂ ਸਾਡੇ ਦੇ ਡੈਪੂਟੇਸ਼ਨ ਲੱਗੀ ਹੈ ਕਈ ਇਦਾਂ ਦੇ ਵੀ ਵਿਅਕਤੀ ਜਿਹੜੇ ਕਹਿੰਦੇ ਸੀ ਡਿਪੋਰਟ ਹੋ ਕੇ ਗਏ ਆ 18 ਜਾਂ 19 ਦੇ ਵਿੱਚ ਅ 트럼ਪ ਦੀ ਜਿਹੜੀ ਹੈਗੀ ਆ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਵੀ ਅਸੀਂ ਆ ਜਾਾਂਗੇ ਦੇਖੋ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਉਹ ਬੇਨਤੀ ਮੇਰੀ ਇਹੀ ਆ ਕਿ ਜਿਹੜੀ ਪ੍ਰਪੋਜ਼ਲ ਰੱਖੀ ਗਈ ਆ ਉਹ ਬੜੀ ਬ੍ਰਾਡ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਵੀ ਜਨਵਰੀ 2021 ਤੋਂ ਪਹਿਲਾਂ ਇੱਥੇ ਰਹਿ ਰਿਹਾ ਤੇ ਉਹਨੇ ਕੋ ਸੰਗੀਨ ਜ਼ੁਰਮ ਜੋ ਜਿਹੜਾ ਹੈਗਾ ਉਹ ਨਹੀਂ ਕੀਤਾ ਕ੍ਰਾਈਮ ਨਹੀਂ ਕੀਤਾ ਜਿਵੇਂ ਕੋਈ ਕਹ ਲਓ ਫੈਲਨੀ ਨਹੀਂ ਲੱਗੀ ਜਾਂ ਹੋਰ ਕੋਈ ਅਮਰੀਕਨ ਸਿਕਿਉਰਿਟੀ ਨੂੰ ਥ੍ਰੈਟ ਨਹੀਂ ਹੈਗਾ ਜਾਂ ਇਦਾਂ ਦਾ ਕੋਈ ਜਿਹੜਾ ਕੰਮ ਨਹੀਂ ਕੀਤਾ ਤੇ ਉਹ ਤੇ ਇਮੀਗ੍ਰੇਸ਼ਨ ਰਿਲੇਟਡ ਆਫੈਂਸਸ ਨੇ ਜਾਂ ਆਪਾਂ ਜਿਵੇਂ ਕਹ ਲਈਏ ਡੈਪੂਟੇਸ਼ਨ ਲੱਗੀ ਹੈ ਜਾਂ ਇਲੀਗਲ ਐਂਟਰੀ ਆ ਜਾਂ ਸੈਲਮ ਦਾ ਫੇਲ ਹੋਇਆ ਕਿਸੇ ਦਾ ਮਤਲਬ ਇਸ ਕਿਸਮ ਦਾ ਜੀ ਉਹ ਇਹਦੇ ਵਿੱਚ ਪੱਕੇ ਹੋ ਸਕਦੇ ਆ ਪਰ ਅਜੇ ਉਹ ਪ੍ਰੋਪੋਜ਼ਲ ਆ ਇਹਦੇ ਜਾਜੇ ਕੋਈ ਡਿਟੇਲ ਨਹੀਂ ਜੀ ਤੇ ਇਹ ਪਤਾ ਉਦੋਂ ਲੱਗੇਗਾ ਜਦੋਂ ਲਾ ਪਾਸ ਹੋਏਗਾ ਵੀ ਕਿਹੜਾ ਬੰਦਾ ਇਹਦੇ ਸ਼ਾਮਲ ਹੁੰਦਾ ਕਿਹੜਾ ਨਹੀਂ ਹੁੰਦਾ ਅਜੇ ਆਪਾਂ ਇਹਦੇ ਬਾਰੇ ਇਹ ਤਾਂ ਮਤਲਬ ਕਹਿ ਸਕਦੇ ਆਂ ਵੀ ਇਹ ਇੱਕ ਰੱਖੀ ਗਈ ਆ ਪ੍ਰਪੋਜ਼ਲ ਪਰ ਇਹ ਨਹੀਂ ਕਹਿ ਸਕਦੇ ਕਿ ਇਸ ਪ੍ਰਪੋਜ਼ਲ ਦੇ ਨਾਲ ਕਿਹੜੇ ਬੰਦੇ ਪੱਕੇ ਹੋਣਗੇ ਕਿਹੜੇ ਨਹੀਂ ਹੋਣਗੇ ਕਿਉਂਕਿ ਜਿੰਨੀ ਦੇਰ ਤੱਕ ਕੋ ਕਾਨੂੰਨ ਨਹੀਂ ਬਣਦਾ ਫਿਰ ਕਾਨੂੰਨ ਦੇ ਵਿੱਚ ਡਿਟੇਲ ਕੀ ਹੋਏਗੀ ਕੋਈ ਉਮੀਦ ਹੈ ਕਿੰਨੀ ਕੁ ਦੇਰ ਤੱਕ ਕਾਨੂੰਨ ਬਣ ਸਕਦਾ ਇਹ ਰੰਧਾਵਾ ਸਾਹਿਬ ਡਿਪੈਂਡ ਕਰੂਗਾ ਸੈਨੇਟ ਤੇ ਜਿਹੜੀ ਹਾਊਸ ਦੀ ਲੀਡਰਸ਼ਿਪ ਹੈਗੀ ਆ ਖਾਸ ਕਰਕੇ ਡੈਮੋਕ੍ਰੈਟਿਕ ਪਾਰਟੀ ਦੀ ਇਹ ਜਿਹੜੀ ਇਹੋ ਜਿਹੀ ਹੁੰਦੀ ਹੈ ਲੈਜਿਸਲੇਸ਼ਨ ਇਹਨੂੰ ਆਮ ਤੌਰ ਤੇ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬਾਈ ਪਾਰਟਿਜ਼ਨ ਕੀਤਾ ਜਾਵੇ ਓਕੇ ਉਹ ਇਹ ਮਤਲਬ ਇਕ ਤਰਫਾ ਨਹੀਂ ਚੱਲਦੇ ਹੁੰਦੇ ਲੀਡਰ ਸੋ ਇਹਦੇ ਵਿੱਚ ਹਾਊਸ ਦੇ ਵਿੱਚ ਵੀ ਕੋਸ਼ਿਸ਼ ਹੋਏਗੀ ਤੇ ਸੈਨੇਟ ਦੇ ਵਿੱਚ ਵੀ ਹੋਏਗੀ ਵੀ ਦੋਨਾਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਜਿਹੜੇ ਕਿ ਮਤਲਬ ਕੁਝ ਰਿਪਬਲਿਕਨ ਲੀਡਰ ਨੇ ਉਹ ਵੀ ਲੈ ਜਾਣ ਨਾਲ ਜਿਹੜੇ ਇਮੀਗ੍ਰੇਸ਼ਨ ਦੇ ਹੱਕ 'ਚ ਨੇ ਹੁਣ ਰਿਪਬਲਿਕਨ ਪਾਰਟੀ ਦੇ ਵਿੱਚ ਤਕਰੀਬਨ 2/3 ਬੰਦੇ ਇਮੀਗ੍ਰੇਸ਼ਨ ਦੇ ਖਿਲਾਫ ਨੇ 1/3 ਹੱਕ 'ਚ ਹੈਗੇ ਆ ਜੀ ਜੀ ਉਹਨਾਂ ਨੂੰ ਕਿਸੇ ਤਰੀਕੇ ਨਾਲ ਨਾਲ ਲਿਆ ਜਾਵੇ ਹੁਣ ਉਹ ਕਿਹੜੀਆਂ ਸ਼ਰਤਾਂ ਦੇ ਨਾਲ ਆਉਂਦੇ ਆ ਕੀ ਉਹ ਮੰਗ ਜਿਓ ਉਹ ਮਤਲਬ ਕਿੰਨਾ ਕਿ ਇਹਨੂੰ ਹੋਰ ਮਤਲਬ ਕਰਨਗੇ ਰੈਸਟ੍ਰਿਕਟ ਇਹ ਜਿਹੜੀ ਦੇਖਣ ਵਾਲੀ ਗੱਲ ਆ ਫਿਰ ਇਹਦੇ ਵਿੱਚ ਡਿਟੇਲ ਕੀ ਹੋਏਗੀ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਖਾਸ ਕਰਕੇ ਉਹਨਾਂ ਬੰਦਿਆਂ ਲਈ ਜਿਹੜੇ ਬੰਦੇ ਇਦਾਂ ਦੇ ਸਵਾਲ ਪੁੱਛਦੇ ਆ ਵੀ ਮੇਰੇ ਤੇ ਡੈਪੋਟੇਸ਼ਨ ਲੱਗੀ ਆ ਮੈਂ ਮੇਰਾ ਕੇਸ ਫੇਲ ਹੋਇਆ ਮੈਂ ਇੰਨੇ ਸਾਲ ਹੋ ਗਏ ਮੇਰੀ ਅਪੀਲ ਚੱਲਦੀ ਆ ਜਾਂ ਮੈਂ ਜਾਂ ਇੱਥੋਂ ਕੋ ਬੰਦਾ ਰਿਪੋਰਟ ਹੋ ਗਿਆ ਜਾਂ ਵਾਪਸ ਚਲਾ ਗਿਆ ਇੰਡੀਆ ਵੀ ਉਹ ਆਊਗਾ ਉਹ ਹੁਣ ਕਿਸ ਰੂਪ ਚ ਆਊਗਾ ਜਾਂ ਉਹਦੀ ਡੈਪੁਟੇਸ਼ਨ ਵੇਵ ਹੋਊਗੀ ਉਹ ਜਿਹੜੀ ਇਹਦੇ ਵਿੱਚ ਡਿਟੇਲ ਹੋਊਗੀ ਉਤੋਂ ਪਤਾ ਲੱਗੂਗਾ ਵੀ ਕੀ ਰੱਖਦੇ ਆ ਅਜੇ ਉਹਦੇ ਬਾਰੇ ਕਲੀਅਰ ਨਹੀਂ ਆ ਲੇਕਿਨ ਜੋ ਵੀ ਰੱਖੀ ਗਈ ਹੈ ਪ੍ਰਪੋਜ਼ਲ ਇਹ ਬਹੁਤ ਵਧੀਆ ਬੜੀ ਬ੍ਰਾਡ ਆ ਤੇ ਇਹਦੇ ਬਾਰੇ ਜਾਣਕਾਰੀ ਦਵਾਂ ਹੁਣ ਇਹਦੇ ਸੰਦਰਭ ਚ ਇੱਕ ਹੋਰ ਜਾਣਕਾਰੀ ਜਿਹੜੀ ਮੈਂ ਅੱਜ ਸਾਂਝੀ ਕਰਨੀ ਚਾਹੁੰਦਾ ਇੰਪੋਰਟੈਂਟ ਉਹ ਇਹ ਹੈਗੀ ਵੀ ਪਿਛਲੇ ਹਫਤੇ ਸੈਨੇਟ ਦੇ ਵਿੱਚ ਜਿਹੜੇ ਦੋ ਇੰਪੋਰਟੈਂਟ ਲੀਡਰ ਨੇ ਇੱਕ ਸੈਂਟਰ ਜਿਹੜੇ ਹੈਗਾ ਡਰਬਨ ਡੈਮੋਕ੍ਰੈਟਿਕ ਪਾਰਟੀ ਦੇ ਦਿਲ ਰਿੰਸੀ ਗ੍ਰਾਹਮ ਰਿਪਬਲਿਕਨ ਪਾਰਟੀ ਜਿਹੜੇ ਦੋਨੇ ਬੜੇ ਸੀਨੀਅਰ ਲੀਡਰ ਨੇ ਜਿਨ੍ਹਾਂ ਨੂੰ ਮੇਰਾ ਖਿਆਲ 30-30 ਸਾਲ 25-25 ਸਾਲ ਹੋ ਗਏ ਸੈਨੇਟ 'ਚ ਉਹਨਾਂ ਨੇ ਇਹ ਐਲਾਨ ਕੀਤਾ ਵੀ ਅਸੀਂ ਹਫ਼ਤੇ ਦਾ 10 ਦਿਨ ਦੇ ਵਿੱਚ ਵਿੱਚ ਜਿਹੜੇ ਡਾਕਾ ਵਾਲੇ ਬੱਚੇ ਨੇ ਇਹਨਾਂ ਨੂੰ ਪੱਕਾ ਕਰਨ ਵਾਸਤੇ ਇੱਕ ਜਿਹੜੀ ਹੈਗਾ ਕਾਨੂੰਨ ਇੱਕ ਬਿਲ ਰੱਖਾਂਗੇ ਜੀ ਜੀ ਸੋ ਇਹਦਾ ਮਤਲਬ ਇਹ ਆ ਵੀ ਉੱਥੇ ਕਾਰਵਾਈ ਸ਼ੁਰੂ ਹੋ ਗਈ ਆ ਇਹਦਾ ਇੱਕ ਕੰਪੋਨੈਂਟ ਆ ਇਸ ਜਿਹੜਾ ਹੈਗਾ ਬਾਈਡਨ ਦੀ ਪ੍ਰਪੋਜ਼ਲ ਦਾ ਕਿ ਡਾਕਾ ਵਾਲੇ ਸੋ ਡਾਕਾ ਵਾਲਿਆਂ ਤੇ ਮੈਨੂੰ ਲੱਗਦਾ ਵੀ ਸਹਿਮਤੀ ਬਣ ਜਾਣੀ ਆ ਹੂੰ ਹੂੰ ਸੋ ਉਹਨਾਂ ਦਾ ਮਤਲਬ ਇਹ ਵੀ ਹੋ ਸਕਦਾ ਵੀ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਇਹ ਕਾਨੂੰਨ ਆ ਜਾਂ ਜਿਹੜੀਆਂ ਉਹਨਾਂ ਨੇ ਰੱਖੀਆਂ ਨੇ ਪ੍ਰਪੋਜ਼ਲਸ ਇਹਨਾਂ ਨੂੰ ਹਿੱਸਿਆਂ ਦੇ ਵਿੱਚ ਪਾਸ ਕੀਤਾ ਜਾਵੇ ਜੀ 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 ਕਿ ਪਹਿਲਾਂ ਡਾਕਾ ਵਾਲੇ ਹੋਣ ਉਹਦੇ ਨਾਲ ਐਗਰੀਕਲਚਰ ਵਰਕਰ ਹੋਣ ਫਿਰ ਜਿਹੜੇ ਟੈਂਪੋਰਰੀ ਉਹਦੇ ਸਟੈਟਸ ਸਾਡੇ ਟੀਪੀਐਸ ਵਾਲੇ ਆ ਉਹ ਹੋਣ ਫੇਰ ਉਸ ਤੋਂ ਬਾਅਦ ਦੂਜਿਆਂ ਤੇ ਗੱਲ ਕੋਈ ਸਭ ਤੋਂ ਜ਼ਿਆਦਾ ਜੇ ਇਹਦੇ ਤੇ ਜਿਆਦਾ ਜਿਹਨੂੰ ਕਹ ਲੋ ਇਤਰਾਜ ਹੋਣਾ ਕਿਸੇ ਨੂੰ ਜਾਂ ਜਿਹੜਾ ਸਭ ਤੋਂ ਔਖਾ ਹੋਣਾ ਪਾਸ ਕਰਾਉਣਾ ਉਹ ਅਨ ਡਾਕੂਮੈਂਟਡ ਬੰਦੇ ਨੇ ਜਿਹੜੇ ਇੱਥੇ ਆਪਣੇ ਜਿੰਨਾ ਬਾਰੇ ਕਿਹਾ ਬਾਈਡਨ ਸਾਹਿਬ ਨੇ ਵੀ ਜਿਹੜੇ ਜਨਵਰੀ 1 2021 ਤੋਂ ਪਹਿਲਾਂ ਆਏ ਆ ਜੀ ਉਹਨਾਂ ਨੂੰ ਉਹਨਾਂ ਦਾ ਪਾਸ ਕਰਾਉਣਾ ਇਹ ਸਭ ਤੋਂ ਔਖਾ ਹੋਵੇਗਾ ਤੇ ਇਹ ਨੂੰ ਹੁਣ ਹੋ ਸਕਦਾ ਕਿਸ ਤਰੀਕੇ ਨਾਲ ਟੈਕਲ ਕਰਨ ਤਾਂ ਇਹ ਪੋਸਿਬਿਲਟੀ ਹੋ ਸਕਦੀ ਹੈ ਵੀ ਉਹ ਸੋਚਣ ਵੀ ਪਹਿਲਾਂ ਉਹਨਾਂ ਦਾ ਕਰਾ ਲਈਏ ਤਾਂ ਕਿ ਉਹ ਲੈ ਬਚੇ ਰਹੇ ਫਿਰ ਇਹਨਾਂ ਵੱਲ ਜਾਵਾਂਗੇ ਜੀ ਪਰ ਗੱਲ ਜਿਹੜੀ ਹੁਣ ਸਵਾਲ ਤੁਸੀਂ ਵੀ ਪੁੱਛਦੇ ਹੋ ਜਾਂ ਹੋਰਾਂ ਨੇ ਵੀ ਪੁੱਛਿਆ ਕਾਫੀਆਂ ਨੇ ਵੀ ਕਿੰਨੇ ਕੁ ਉਮੀਦਵਾਰ ਇਹਦੇ ਪਾਸ ਹੋਣਗੇ ਉਹ ਗੱਲ ਇਹ ਆ ਕਿ ਇਹ ਡਿਪੈਂਡ ਕਰੂਗਾ ਵੀ ਜਿਹੜੀ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਆ ਖਾਸ ਕਰਕੇ ਬਾਈਡਨ ਸਾਹਿਬ ਆਪ ਤੇ ਉਹਦੇ ਨਾਲ ਨਾਲ ਜਿਹੜੀ ਹਾਊਸ ਦੀ ਤੇ ਸੈਨੇਟ ਦੀ ਡੈਮੋਕ੍ਰੈਟਿਕ ਪਾਰਟੀ ਦੀ ਲੀਡਰਸ਼ਿਪ ਆ ਜੀ ਜਿਹਦੇ ਵਿੱਚ ਕਿ ਸੈਨੇਟ ਦੇ ਵਿੱਚ ਹੋਗੇ ਸੈਂਟਰ ਸ਼ੂਮਰ ਤੇ ਹਾਊਸ ਦੇ ਵਿੱਚ ਹੋਗੀ ਡੈਂਸੀ ਪਲੋਸੀ ਵੀ ਇਹ ਜਿਹੜੇ ਮੇਨ ਮਤਲਬ ਇਸ ਦੇ ਵਿੱਚ 플레이ਰ ਨੇ ਇਹ ਕੀ ਚਾਹੁੰਦੇ ਆ ਜੇ ਇਹਨੂੰ ਪਾਸ ਕਰਾਉਣਾ ਚਾਹੁੰਦੇ ਆ ਜਿਵੇਂ ਮਰਜ਼ੀ ਤਾਂ ਉਹ ਕਰਾ ਜਾਣਗੇ ਠੀਕ ਆ ਇਹਦੇ ਵਿੱਚੋਂ ਕੁਛ ਨਾ ਕੁਛ ਕੱਢਿਆ ਜਾਊਗਾ ਕੰਪਰੋਮਾਈਜ਼ ਹੋਊਗਾ ਪਰ ਬਿੱਲ ਪਾਸ ਹੋਊਗਾ ਉਹਦੇ ਵਿੱਚ ਐਂਡ ਦੇ ਵਿੱਚ ਦੇਖਿਆ ਜਾਊ ਵੀ ਕੀ ਮਤਲਬ ਇਹ ਚੋਂ ਕੱਢਿਆ ਜਾਂਦਾ ਕੀ ਪਾਇਆ ਜਾਂਦਾ ਓਕੇ ਤੇ ਜੇ ਉਹਨਾਂ ਦੀ ਅਜੇ ਵਿਲ ਨਹੀਂ ਉਹ ਅਜੇ ਫੱਜ ਕਰੋ ਅਜੇ ਹੋਰ ਦੇਖਣਾ ਚਾਹੁੰਦੇ ਆ ਵੀ ਪਹਿਲਾਂ ਕਰੋਨਾ ਚਲ ਜੇ ਫਲਾਣਾ ਫਿਰ ਇਹ ਲੰਮਕੂਗਾ ਸੋ ਇਹ ਡਿਪੈਂਡ ਕਰਦਾ ਕਿ ਜਿਹੜੀ ਡੈਮੋਕ੍ਰੈਟਿਕ ਪਾਰਟੀ ਦੀ ਲੀਡਰਸ਼ਿਪ ਆ ਤੇ ਇਹ ਪ੍ਰੈਜ਼ੀਡੈਂਟ ਬਾਈਡਨ ਉਹ ਕਿੰਨੇ ਕੁ ਸੀਰੀਅਸ ਨੇ ਇਹਨੂੰ 100 ਦਿਨਾਂ ਚ ਪਾਸ ਕਰਨ ਜੋ ਕਿ ਅਸੀਂ ਆਸ ਕਰਦੇ ਆ ਵੀ ਹੋਣਾ ਚਾਹੀਦਾ ਕਿਉਂਕਿ ਹੁਣ ਟਾਈਮ ਆ ਕਿਉਂਕਿ ਹੁਣ ਜਿਹੜੀ ਕੰਟਰੀ ਦੀ ਸਪੋਰਟ ਵੀ ਨਾਲ ਆ ਤੇ ਜਿਹੜੀ ਰਿਪਬਲਿਕਨ ਪਾਰਟੀ ਕਿਸੇ ਹੱਦ ਤੱਕ ਡਿਵਾਈਡਡ ਆ ਕਿਉਂਕਿ ਉਹਨਾਂ ਦੇ ਵਿੱਚ ਵੀ ਇੱਕ ਇੰਟਰਨਲ ਲੜਾਈ ਛੜੀ ਹੋਈ ਆ ਕਿ ਜਿਹੜੇ 트럼ਪ ਦੇ ਸਪੋਰਟਰ ਨੇ ਤੇ 트럼ਪ ਦੇ ਐਂਟੀ ਨੇ ਉਹਨਾਂ ਦੇ ਵਿੱਚ ਤੇ ਉਹ ਲੜਾਈ ਦੇ ਵਿੱਚ ਹੁਣ ਜਾਰਜ ਬੁਸ਼ ਵੀ ਕੁਦ ਗਏ ਆ ਤੇ ਡਿਕ ਚੇਨੀ ਵੀ ਕੁਦੇ ਹੋਏ ਆ ਕਿਉਂਕਿ ਜਿਹੜੀ ਚੇਨੀ ਦੀ ਬੇਟੀ ਹੈਗੀ ਆ ਉਹਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਹੁਣ ਇਸ ਟਾਈਮ ਤੇ ਇੱਕ ਲੀਡਰਸ਼ਿਪ ਪੋਜੀਸ਼ਨ ਚ ਨੇ ਹਾਊਸ ਦੇ ਵਿੱਚ ਰਿਪਬਲਿਕਨ ਪਾਰਟੀ ਚ ਉਹ 트럼ਪ ਦੇ ਵਿਰੋਧੀ ਨੇ ਜੀ ਤੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ 트럼ਪ ਦੇ ਜਿਹੜੇ ਸਪੋਰਟਰਾਂ ਵੱਲੋਂ ਜਿਹੜੇ ਕਿ ਇਸ ਚ ਨੇ ਸੋ ਇੱਕ ਲੜਾਈ ਚੱਲ ਪਈ ਆ ਸੋ ਜਿਹੜੇ ਜਾਰਜ ਬੁਸ਼ ਬਲਾ ਪ੍ਰੈਜ਼ੀਡੈਂਟ ਸੀਗੇ ਤੇ ਡਿਕ ਚੇਨੀ ਜਿਹੜੇ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਸੀ ਇਹ ਉਹਦੀ ਸਪੋਰਟ ਚ ਆਏ ਨੇ ਜੀ ਚੇਨੀ ਦੀ ਬੇਟੀ ਸੋ ਇਸ ਕਰਕੇ ਇਹ ਧੜਾ ਜਿਹੜਾ ਹੈਗਾ ਇਹ 트럼ਪ ਦੇ ਉਲਟਾ ਸੋ ਇੱਕ ਲੜਾਈ ਇੱਕ ਸੰਧੀ ਸ਼ੁਰੂ ਆ ਜਿਹੜੀ ਕਿ ਇਹ ਇਹ ਉਹ ਫਿਰ ਹੁਣ ਇਸ ਟਾਈਮ ਤੇ ਰਾਈਟ ਟਾਈਮ ਆ ਜੇ ਇਹੋ ਜੀ ਜਿਹੜੀ ਹੈਗੀ ਲਾਈਸਨਸ਼ਨ ਲੈਂਦੀ ਜਾਵੇ ਹੋਰ ਉਮੀਦ ਬਣ ਜੇ ਬਣ ਸਕਦਾ ਹੈ ਤਾਂ ਉਮੀਦ ਆ ਵੀ ਕੁਝ ਬੰਦੇ ਰਿਪਬਲਿਕਨ ਪਾਰਟੀ ਦੇ ਨਾਲ ਜੁੜ ਸਕਦੇ ਆ ਅਗਲਾ ਆਪਾਂ ਸਵਾਲ ਪੌਲਟਿਕਸ ਦਾ ਵੀ ਕਰ ਲਈਏ ਜੀ ਅੰਪੀਚਮੈਂਟ ਨੂੰ ਬਹੁਤ ਥੋੜੇ ਦਿਨ ਰਹਿ ਗਏ ਆ 트럼ਪ ਅੰਪੀਚਮੈਂਟ ਜਿਹੜਾ ਉਹ ਹਾਊਸ 'ਚ ਪੇਸ਼ ਹੋਣਾ ਹੀ ਆ ਉਹਦੇ ਬਾਰੇ ਕੀ ਅਪਡੇਟ ਆਈ ਹੋਵੇਗੀ ਉਹ ਜਿਵੇਂ ਉਹਨਾਂ ਨੇ ਕਿਹਾ ਸੀਗਾ ਸੈਨੇਟ ਨੇ ਵੀ ਫਰਵਰੀ 8 ਤੋਂ ਬਾਅਦ ਉਹਦੀ ਟ੍ਰਾਇਲ ਹੋਊਗੀ ਉਹਨ ਟ੍ਰਾਇਲ ਤਾਂ ਕਿਉਂਕਿ 55 ਬੰਦੇ ਉਹਦੇ ਨਾਲ ਨੇ ਜਿਵੇਂ 51 ਤਾਂ ਇਹੀ ਹੈਗੇ ਆ ਜਿਵੇਂ 50 ਡੈਮੋਕ੍ਰੇਟ ਜੀ ਇੱਕ ਵਾਈਸ ਪ੍ਰੈਜ਼ੀਡੈਂਟ ਦੀ ਵੋਟ ਤੇ ਚਾਰ ਹੋਰ ਰਿਪਬਲਿਕਨ ਨਾਲ ਲੱਗਿਆ ਅਜੇ ਤੱਕ ਜੀ ਜੀ ਲੇਕਿਨ ਇੰਪੀਚ ਕਰਨ ਵਾਸਤੇ ਜੋ ਇਹ ਚਾਹੁੰਦੇ ਆ ਉਹ 2/3 ਮੈਜੋਰਿਟੀ ਚਾਹੀਦੀ ਆ ਸੋ ਮੈਨੂੰ ਲੱਗਦਾ ਨਹੀਂ ਵੀ ਅਜੇ ਤੱਕ 2/3 ਮੈਜੋਰਿਟੀ ਨਾਲ ਲੱਗੂਗੀ ਪਰ ਮੌਕੇ ਤੇ ਕੁਝ ਕਹਿ ਵੀ ਨਹੀਂ ਸਕਦੇ ਜੇ ਖਾਸ ਕਰਕੇ ਜਿਹੜਾ ਇਹ ਧੜਾ ਹੈਗਾ ਬੁਸ਼ ਤੇ ਚੇਨੀ ਦਾ ਜੇ ਇਹਨਾਂ ਨੇ ਪੂਰਾ ਜ਼ੋਰ ਲਾਤਾ ਵੀ ਕਰੋ ਤਾਂ ਇਹਨਾਂ ਵਾਸਤੇ ਵੀ ਕੋਈ ਵੱਡੀ ਗੱਲ ਨਹੀਂ ਹੈਗੀ 10 12 ਸੈਂਟਰ ਨਾਲ ਹੋਰ ਕਰਨੇ ਓਕੇ ਸੋ ਇਹ ਹੁਣ ਇਹ ਪਤਾ ਲੱਗੂਗਾ ਵੀ ਜਦੋਂ ਹੁਣ ਉਹ ਸ਼ੁਰੂ ਹੋਊਗੀ ਟ੍ਰਾਇਲ ਪਰ ਇਹ ਗੱਲ ਤੈ ਆ ਵੀ ਉਥੇ ਜਿਹੜੇ ਹੈਗੇ ਐਤਕੀ ਜਿਹੜੀ ਟ੍ਰਾਇਲ ਹੋਊਗੀ ਇਹਦੇ ਵਿੱਚ ਵਿਟਨੈਸ ਵੀ ਬੁਲਾਏ ਜਾਣਗੇ ਇਹਦੇ ਵਿੱਚ ਪੂਰਾ ਜਿਹੜਾ ਹੈਗਾ ਉਹਦੀ ਕੋਕ ਕੀਤੀ ਜਾਊਗੀ ਤੇ ਜੇ ਫਰਜ ਕਰੋ ਉਹਨਾਂ ਨੂੰ ਜਿਹੜੇ ਪੀਸ ਨਹੀਂ ਵੀ ਹੁੰਦੇ ਤਾਂ ਕਿਸੇ ਨਾ ਕਿਸੇ ਕਿਸਮ ਦਾ ਸੈਂਸ਼ਰ ਜ਼ਰੂਰ ਕੀਤਾ ਜਾਊਗਾ ਵੀ ਉਹਨਾਂ ਨੂੰ ਕੋਈ ਨਾ ਕੋਈ ਜਿਹਨੂੰ ਕਹ ਲਓ ਵੀ ਇੱਕ ਕੋਈ ਇਹੋ ਜਿਹਾ ਮਤਾ ਜ਼ਰੂਰ ਪਾਸ ਕੀਤਾ ਜਾਊਗਾ ਜਿਦੇ ਵਿੱਚ ਕਿ ਕਿਹਾ ਜਾਊਗਾ ਵੀ ਉਹਨਾਂ ਦਾ ਕੰਡਕਟ ਬਹੁਤ ਮਾੜਾ ਸੀ ਤੇ ਉਹਨੂੰ ਜ਼ਿਆਦਾ ਡਿਟੇਲ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਅਮਰੀਕਨ ਪਬਲਿਕ ਨੂੰ ਇਹ ਜਿਹੜਾ ਹੈ ਉਹ ਦੱਸਿਆ ਜਾਊਗਾ ਵੀ 트럼ਪ ਨੇ ਕਿਸ ਤਰ੍ਹਾਂ ਝੂਠ ਬੋਲਿਆ ਕਿਵੇਂ ਲੋਕਾਂ ਨੂੰ ਨੁਕਸਾਇਆ ਸੋ ਇਹ ਦੇਖਣ ਵਾਲੀ ਗੱਲ ਹੈਗੀ ਵੀ ਰਿਪਬਲਿਕਨ ਪਾਰਟੀ ਦੇ ਲੀਡਰ ਕਿੰਨੇ ਕ ਨਾਲ ਲੱਗਦੇ ਆ ਇੰਪੀਚਮੈਂਟ ਲਈ ਸੋ ਇਹ ਜਿਹੜਾ ਸਮਾਂ ਦੱਸੇਗਾ ਜੀ ਅ ਦੋਸਤੋ ਦੂਸਰਾ ਪਾਰਟ ਇਸ ਪ੍ਰੋਗਰਾਮ ਦਾ ਸ਼ੁਰੂ ਕਰਨ ਜਾ ਰਹੇ ਆ ਇਸ ਤੋਂ ਪਹਿਲਾਂ ਕਿ ਅਸੀਂ ਜਿਹੜੇ ਤੁਹਾਡੇ ਵੱਲੋਂ ਭੇਜੇ ਹੋਏ ਸਵਾਲ ਉਹਨਾਂ ਦਾ ਜਵਾਬ ਦਈਏ ਮੈਂ ਦੱਸ ਦੇਣਾ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਡ ਲਾ ਦਾ ਜਿਹੜਾ ਫੋਨ ਨੰਬਰ ਆ 917 9154142 ਤੁਸੀਂ ਕੋਈ ਵੀ ਆਪਣੀ ਇਮੀਗ੍ਰੇਸ਼ਨ ਬਾਬਤ ਜਾਣਕਾਰੀ ਲੈਣਾ ਚਾਹੁੰਦੇ ਹੋ ਇਹਨਾਂ ਨੂੰ ਡਾਇਰੈਕਟ ਫੋਨ ਕਰੋ ਜੇ ਇਹ ਨਹੀਂ ਫੋਨ ਚੁੱਕਦੇ ਤੇ ਇਹਨਾਂ ਨੂੰ ਮੈਸੇਜ ਵੀ ਜਿਹੜਾ ਟੈਕਸਟ ਮੈਸੇਜ ਉਹ ਛੱਡਿਆ ਜਾ ਸਕਦਾ WhatsApp ਵੀ ਇਹਨਾਂ ਨੂੰ ਕੀਤਾ ਜਾ ਸਕਦਾ ਕਿਸੇ ਵੀ ਕੰਟਰੀ ਜਿਉ ਤੁਸੀਂ ਇਹਨਾਂ ਨੂੰ WhatsApp ਤੇ ਮੈਸੇਜ ਵੀ ਛੱਡ ਸਕਦੇ ਹੋ ਇੱਕ ਖਾਸ ਤੌਰ ਤੇ ਮੈਂ ਤੁਹਾਨੂੰ ਗੁਜਾਰਿਸ਼ ਕਰਾਂਗਾ ਕਿ ਬਹੁਤ ਸਾਰੇ ਲੋਕ ਸਾਨੂੰ ਇਸ ਤਰ੍ਹਾਂ ਹੀ ਪੁੱਛਦੇ ਆ ਜਿਆਦਾ ਕਿ ਫਲਾਣੇ ਟਾਈਮ 'ਚ ਅਸੀਂ ਜਾਂ ਫਲਾਣੇ ਡੇਟ 'ਚ ਅਸੀਂ ਅਪਲਾਈ ਕੀਤਾ ਸੀ ਕਿਸੇ ਕੈਟਾਗਰੀ 'ਚ ਬਾਹਰਲੀ ਕੰਟਰੀ 'ਚੋਂ ਉਹਨੂੰ ਕਿੰਨਾ ਟਾਈਮ ਲੱਗੂਗਾ ਉਹਦੇ ਬਾਰੇ ਜੇ ਤੁਸੀਂ ਇੱਕ ਸਾਂਝਾ ਜਾਂ ਪਹਿਲਾਂ ਇੱਕ ਸਵਾਲ ਦੇ ਦਿਓ ਜਾਂ ਕੁਝ ਅਸੀਂ 94 ਸਵਾਲ ਵੀ ਜਿਹੜੇ ਉਹਨਾਂ ਦੇ ਲਏ ਆ ਪਰ ਇੱਕ ਸਾਂਝਾ ਜਵਾਬ ਜਿਹੜਾ ਜ਼ਰੂਰ ਦੇ ਦਿਓ ਉਹਨਾਂ ਨੂੰ ਕਿ ਉਹ ਕਿੱਥੋਂ ਪਤਾ ਕਰ ਸਕਦੇ ਆ ਹਾਂ ਇਹ ਇਹ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਜਾਣਕਾਰੀ ਦੇਣੀ ਚਾਹੁੰਦਾ ਜਿਹੜੀ ਕਿ ਬੜੀ ਇੰਪੋਰਟੈਂਟ ਆ ਉਹ ਇਹ ਆ ਕਿ ਬਾਰਡਰ ਐਡਮਨਿਸਟ੍ਰੇਸ਼ਨ ਵੱਲੋਂ ਇਹ ਕਿਹਾ ਗਿਆ ਵੀ ਜਿਹੜੇ ਅਨ ਡਾਕੂਮੈਂਟਡ ਬੰਦੇ ਨੇ ਉਹਨਾਂ ਸਾਰਿਆਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਕਰੋਨਾ ਵਾਇਰਸ ਦੇ ਕੋਵਿਡ ਦੇ ਜਿਹੜੇ ਟੀਕੇ ਆ ਜਿਹੜੀ ਵੈਕਸੀਨੇਸ਼ਨ ਆ ਜੂਰ ਲਵਾਓ ਤੇ ਕਰੋਨਾ ਦੀ ਜਿਹੜੀ ਸਾਈਟ ਆ ਜਿੱਥੇ ਕਿ ਵੈਕਸੀਨੇਸ਼ਨ ਲੱਗਣਗੇ ਉਥੇ ਕਿਸੇ ਬੰਦੇ ਨੂੰ ਅਰੈਸਟ ਨਹੀਂ ਕੀਤਾ ਜਾਏਗਾ ਸੋ ਜਿਹੜਾ ਵੀ ਕੋਈ ਅਨ ਡਾਕੂਮੈਂਟਡ ਬੰਦਾ ਚਾਹੇ ਉਹ ਤੇ ਡੈਪੂਟੇਸ਼ਨ ਲੱਗੀ ਜਾਂ ਕੋਸ਼ਾ ਉਹਨੂੰ ਉਹ ਕਹਿੰਦੇ ਆ ਵੀ ਜੇ ਉਹ ਮਤਲਬ ਵੈਕਸੀਨੇਸ਼ਨ ਕਰਾਉਣ ਗਿਆ ਉਥੇ ਨਹੀਂ ਫੜਾਂਗੇ ਤਾਂ ਉਹ ਜੂਰ ਲਵਾਓ ਉਹਦੇ ਕਰਕੇ ਨਾ ਰਹਿ ਜਾਓ ਸੋ ਇਹ ਉਹਨਾਂ ਦੀ ਬੜੀ ਇੰਪੋਰਟੈਂਟ ਇੱਕ ਅੱਜ ਆਈ ਐਡਵਾਈਜ਼ਰੀ ਜੀ ਸੋ ਇਹ ਇਹ ਚੰਗੀ ਗੱਲ ਆ ਬਾਕੀ ਅਜੇ ਤੱਕ ਤਾਂ ਜਿਹੜੀ ਸਪੀਡ ਬਹੁਤ ਘੱਟ ਆ ਉਹਦੀ ਪਰ ਆਉਂਦੇ ਦਿਨਾਂ ਦੇ ਵਿੱਚ ਕੋਸ਼ਿਸ਼ ਆ ਸਰਕਾਰ ਦੀ ਵੀ ਸਪੀਡ ਵਧੇ ਸੋ ਹਰ ਬੰਦੇ ਨੂੰ ਲਗਾਉਣੀ ਚਾਹੀਦੀ ਆ ਜੀ ਵੈਕਸੀਨ ਸੇਫ ਆ ਤੇ ਉਹਦੇ ਨਾਲ ਹੀ ਜਿਹੜੀ ਇਕਨੋਮੀ ਆ ਉਹ ਖੁੱਲੇਗੀ ਤੇ ਜਿਹੜੀ ਹੈਗੀ ਅਮਰੀਕਾ ਦੇ ਵਿੱਚ ਜਿਹੜਾ ਹੁਣ ਸਾਰੇ ਆ ਆਫਿਸ ਬੰਦ ਪਏ ਜਾਂ ਡੇਟਾ ਅੱਗੇ ਪੈਰੀਆਂ ਇਮੀਗ੍ਰੇਸ਼ਨ ਦੀਆਂ ਜਾਂ ਕਹਿ ਲਓ ਹੋਰ ਵੀ 에ਅਰਲਾਈਨਾਂ ਦਾ ਬਿਜ਼ਨਸ ਹੋ ਗਿਆ ਸਿਨਮਿਆਂ ਦਾ ਹੋ ਗਿਆ ਮੌਲਾਂ ਦਾ ਹੋ ਗਿਆ ਰੈਸਟੋਰੈਂਟਾਂ ਦਾ ਹੋ ਗਿਆ ਉਹ ਸਾਰਾ ਚੱਲੇਗਾ ਜੀ ਹੁਣ ਜਿਹੜੇ ਸਵਾਲ ਨੇ ਇਹ ਇਸ ਤਰ੍ਹਾਂ ਹੈਗਾ ਕਿ ਮੈਨੂੰ ਵੀ ਕਾਫੀ ਜੜੀਆਂ ਹੈਗੀਆਂ ਇਨਕੁਆਰੀਆਂ ਆਈਆਂ ਨੇ ਜਿਆਦਾ ਇਨਕੁਆਰੀਆਂ ਜੜੀਆਂ ਨੇ ਉਹ F4 ਕੈਟਾਗਰੀ ਬਾਰੇ ਆ ਜੀ ਹੁਣ ਉਹਨਾਂ ਬਾਰੇ ਜਿਹੜੇ ਪੁੱਛਦੇ ਨੇ ਕਿ ਜੀ ਅਸੀਂ ਜਿਹੜੀ ਭਰਾ ਭੈਣ ਦੀ ਕੈਟਾਗਰੀ ਆ ਵੀ ਯੂਐਸ ਸਿਟੀਜ਼ਨ ਨੇ ਆਪਣੇ ਭਰਾ ਜਾਂ ਭੈਣ ਦਾ ਅਪਲਾਈ ਕੀਤਾ ਉਹਦਾ ਕੀ ਹੋ ਰਿਹਾ ਜਾਂ ਕਈਆਂ ਨੂੰ ਇਹ ਹੈਗਾ ਵੀ ਉਹਨਾਂ ਦੇ ਬੱਚੇ ਜਿਹੜੇ ਹੈਗੇ ਸਾਡੇ ਜਿਹੜਾ ਅਸੀਂ ਆਪਣੇ ਭਰਾ ਜਾਂ ਭੈਣ ਦਾ ਕੀਤਾ ਉਹਨਾਂ ਦੀ ਉਮਰ 21 ਤੋਂ ਉੱਪਰ ਹੋ ਰਹੀ ਹੈ ਜਾਂ ਹੋ ਗਈ ਆ ਬਿਲਕੁਲ ਦੇਖੋ ਇਹ ਜਿਹੜੀਆਂ ਜਿਹੜੀ ਕੈਟਾਗਰੀ ਆ ਤੇ ਪਲੱਸ ਹੋਰ ਕੈਟਾਗਰੀਆਂ ਇਹ ਟਰੰਪ ਨੇ ਐਗਜ਼ੈਕਟਿਵ ਆਰਡਰ ਕਰਕੇ ਜਿਹੜੇ ਅਸੀਂ ਬੈਨ ਲਾਤਾ ਸੀ ਇਹਨਾਂ ਤੇ ਉਹ ਬੈਨ ਹੋ ਜਾਂਦਾ ਜਾਂਦਾ ਫਿਰ ਵਧਾ ਗਿਆ ਮਾਰਚ 31 ਤੱਕ ਹੁਣ ਪਿਛਲੇ ਹਫਤੇ ਵਾਈਟ ਹਾਊਸ ਤੋਂ ਖਬਰ ਆਈ ਆ ਵੀ ਬਾਈਡਨ ਐਗਜ਼ੈਕਟਿਵ ਆਰਡਰ ਕਰਨ ਦਾ ਸੋਚ ਰਿਹਾ ਇਸ ਬੈਨ ਨੂੰ ਖਤਮ ਕਰਨ ਲਈ ਪਹਿਲਾਂ ਵੀ ਕਰ ਸਕਦੇ ਆ ਪਹਿਲਾਂ ਤੇ ਜੇ ਉਹ ਕਰ ਦਿੰਦੇ ਆ ਵਾਰਜ ਕਰੋ ਤਾਂ ਫੇਰ ਇਹਦੇ ਵਿੱਚ ਇਹ ਬੜੀ ਇੱਕ ਵੀ ਕਹਿ ਲਓ ਚੰਗੀ ਗੱਲ ਹੋਏਗੀ ਤਾਂ ਇਹ ਕੈਟਗਰੀਆਂ ਜਿਹੜੀਆਂ ਨੇ ਉਹ ਚੱਲਣੇ ਸ਼ੁਰੂ ਹੋ ਜਾਣਗੀਆਂ ਜੇ ਉਹ ਕਿਸੇ ਵਜ੍ਹਾ ਕਰਕੇ ਨਹੀਂ ਵੀ ਕਰਦੇ ਤਾਂ ਵਧਾਉਣਗੇ ਨਹੀਂ ਤੇ 31 ਮਾਰਚ ਤੋਂ ਬਾਅਦ ਇਹ ਜਿਹੜੀਆਂ ਮਤਲਬ ਕੈਟਗਰੀਆਂ ਕਹਿੰਦੇ 1 April ਤੋਂ ਆਪਣੇ ਆਪ ਚੱਲ ਪੈਣਗੀਆਂ ਹੁਣ ਇਹਨਾਂ ਕੈਟਗਰੀਆਂ ਦੇ ਵਿੱਚ ਰੰਧਾਵਾ ਸਾਹਿਬ ਜਿਹੜੀ F4 ਕੈਟਗਰੀ ਹੈ ਫਿਲਹਾਲ ਇਹਦੇ ਵਿੱਚ 2005 ਚੱਲ ਰਿਹਾ ਸੀ ਅਜੇ ਵੀ ਪੰਜ ਹੀ ਆ ਕਿਉਂਕਿ ਇੱਕ ਤਾਂ ਕਰੋਨਾ ਆ ਗਿਆ ਇੱਕ ਉਹਨੇ ਬੈਨ ਲਾਤਾ ਉਹਦੇ ਕਰਕੇ ਅੱਗੇ ਨਹੀਂ ਤੁਰਿਆ ਸੋ ਜਿਹੜੇ ਬੰਦਿਆਂ ਨੇ ਪੰਜ ਚ ਅਪਲਾਈ ਕੀਤਾ ਜਾਂ ਕਹਿੰ ਲੋ 6 ਦੇ ਸ਼ੁਰੂ ਚ ਕੀਤਾ ਉਹਨਾਂ ਦੀ ਵਾਰੀ ਤਾਂ ਆਉਣ ਦੀ ਉਮੀਦ ਹੈਗੀ ਆ ਪਰ ਜੇ ਕਿਸੇ ਨੇ 10 ਚ ਕੀਤਾ ਜਾਂ 11 ਚ ਕੀਤਾ ਜਾਂ 12 ਚ ਕੀਤਾ ਉਹਦੀ ਅਜੇ ਵਾਰੀ ਆਉਣ ਦੀ ਕੋਈ ਉਮੀਦ ਨਹੀਂ ਉਹਨੂੰ ਟਾਈਮ ਲੱਗੂਗਾ ਹੁਣ ਇਹ ਨਹੀਂ ਪਤਾ ਵੀ ਇਹ ਕਿੰਨਾ ਕੁ ਫਾਸਟ ਕਰਨਗੇ ਜੀ ਜੀ ਤੇ ਜੇ ਜਿਹੜਾ ਨੇ ਕੈਟਾਗਰੀ ਫਾਸਟ ਕਰਤੀ ਤਾਂ ਹੋ ਸਕਦਾ ਵੀ ਉਹਨਾਂ ਦੀ ਵਾਰੀ ਜਿਹੜੀ ਆ ਉਹਨੂੰ ਆਉਣ ਨੂੰ 4-5 ਸਾਲ ਨਾ ਲੱਗਣ 2-3 ਸਾਲ ਜੀ ਆ ਜਾਵੇ ਪਰ ਜੇ ਨਾ ਫਾਸਟ ਕੀਤਾ ਤਾਂ ਇਸ ਟਾਈਮ ਤੇ ਲੱਗ ਰਹੇ 15 ਸਾਲ ਜੀ ਹੁਣ 15 ਸਾਲ ਦੇ ਹਿਸਾਬ ਨਾਲ ਗਣ ਲਓ ਵੀ ਕਦੋਂ ਵਾਰੀ ਆਊਗੀ ਜੇ ਹੁਣ ਫਿਰ 2021 ਦੇ ਵਿੱਚ 2005 ਦੀ ਵਾਰੀ ਆ ਰਹੀ ਆ ਤੇ ਜਿਹਨੇ 2010 ਚ ਕੀਤਾ ਜਾ ਕੇ ਉਹਦੀ ਵਾਰੀ ਇਸ ਹਿਸਾਬ ਨਾਲ ਹਾਂ ਜਾ ਕੇ 2627 ਜਾਊਗੀ ਬਿਲਕੁਲ ਹੁਣ ਜਿਹੜੇ ਇਹਨਾਂ ਦੇ ਬੱਚੇ ਜਿਹੜੇ ਨੇ 21 ਤੋਂ ਉੱਪਰ ਹੋ ਰਹੇ ਆ ਉਹ ਰੰਧਾਵਾ ਸਾਹਿਬ ਇੱਕ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਹੈਗਾ ਜੀ ਉਹਦੇ ਅੰਡਰ ਇੱਕ ਖਾਸ ਕੈਲਕੂਲੇਸ਼ਨ ਹੁੰਦੀ ਆ ਵੀ ਤੁਸੀਂ ਕਦੋਂ ਅਪਲਾਈ ਕੀਤਾ ਕਦੋਂ ਪਟੀਸ਼ਨ ਅਪਰੂਵ ਹੋਈ ਉਦੋਂ ਬੱਚੇ ਦੀ ਕਿੰਨੀ ਉਮਰ ਸੀਗੀ ਜੇ ਉਸ ਕੈਲਕੂਲੇਸ਼ਨ ਦੇ ਵਿੱਚ ਤੁਸੀਂ ਆਉਂਨੇ ਆ ਤਾ ਜੇ ਬੱਚੇ ਦੀ ਉਮਰ 21 ਸਾਲ ਤੋਂ ਉੱਪਰ ਵੀ ਹੋ ਗਈ ਤਾਂ ਉਹ ਅਨਮੈਰਿਡ ਆ ਸਟਿਲ ਤਾਂ ਉਹ ਇੱਥੇ ਆ ਸਕਦਾ ਉਹਨੂੰ ਐ ਗਿਣਿਆ ਜਾਂਦਾ ਵੀ 21 ਤੋਂ ਘੱਟ ਹੀ ਆ ਜੇ ਉਹ ਜੀ ਜੀ ਠੀਕ ਆ ਸੋ ਜਿਹਦਾ ਵੀ ਕੇਸ ਉਸ ਕੈਲਕੂਲੇਸ਼ਨ ਦੇ ਮੁਤਾਬਕ ਆ ਰਿਹਾ ਜਾਂ ਉਹ ਚ ਐਡ ਹੋਊਗਾ ਉਹ ਬੰਦਾ 21 ਤੋਂ ਉੱਪਰ ਵੀ ਚਾਹੇ ਹੋ ਜੇ ਉਹ ਆ ਸਕਦਾ ਜਿਹਦਾ ਨਹੀਂ ਉਹ ਨਹੀਂ ਆ ਸਕਦਾ ਉਹਦਾ ਇਹ ਜਵਾਬ ਆ ਜੀ ਤੇ ਉਹ ਫਿਰ ਜਿਹੜੀ ਕੈਲਕੂਲੇਸ਼ਨ ਉਹਦੇ ਵਾਸਤੇ ਤਾਂ ਵਕੀਰ ਹੀ ਦੇਖ ਸਕਦੇ ਆ ਤੇ ਜਾਂ ਤੁਸੀਂ ਸਾਨੂੰ ਆਪਣਾ ਜਿਹੜਾ ਹੈਗਾ ਮੇਰੀ ਈਮੇਲ ਤੇ ਜਾਂ ਮੈਨੂੰ ਜਿਵੇਂ ਵੀ ਉਹ ਆਪਣਾ ਜਿਹੜੇ ਤੁਸੀਂ ਪਟੀਸ਼ਨ ਕੀਤੀ ਆ ਉਹਦੀ ਕਾਪੀ ਅਪਰੂਵਲ ਦੀ ਤੇ ਜਿਹੜੇ ਤੁਹਾਡੇ ਮਤਲਬ ਬੱਚਾ ਓਵਰਏਜ ਹੋ ਗਿਆ ਉਹਦਾ ਬਰਥ ਸਰਟੀਫਿਕੇਟ ਉਹ ਭੇਜੋ ਉਹ ਤੁਹਾਨੂੰ ਦੇਖ ਕੇ ਅਸੀਂ ਦੱਸ ਦਾਂਗੇ ਵੀ ਤੁਸੀਂ ਕਵਰ ਹੋ ਸਕਦੇ ਆ ਕਿ ਨਹੀਂ ਜੀ ਜੀ ਪਹਿਲਾ ਸਵਾਲ ਹੈਗਾ ਜੀ ਮੈਂ ਕੈਨੇਡਾ ਸਿਟੀਜ਼ਨ ਹਾਂ ਤੇ ਯੂਐਸਏ ਚ ਸੈੱਟ ਹੋਣਾ ਚਾਹੁੰਦਾ ਕੀ ਕੀਤਾ ਜਾ ਸਕਦਾ ਕੈਨੇਡੀਅਨ ਸਿਟੀਜ਼ਨ ਦਾ ਐਜ਼ ਇਟ ਇਜ਼ ਤਾਂ ਕੋਈ ਰਾਈਟ ਹੈ ਸੈੱਟ ਹੋਣ ਦਾ ਹੈ ਨਹੀਂ ਆਉਣ ਜਾਣ ਦੀ ਜਿਹੜੀ ਪਰਮਿਸ਼ਨ ਜ਼ਰੂਰ ਆ ਵੀ ਇੱਥੇ ਆ ਕੇ 6 ਮਹੀਨੇ ਤੱਕ ਉਹ ਰਹਿ ਸਕਦੇ 6 ਮਹੀਨੇ ਚ ਵਾਪਸ ਮੋੜਨਾ ਪੈਂਦਾ ਜੀ ਪਰ ਉਹਦੇ ਨਾਲ ਨਾਲ ਇਹ ਰੰਧਾਵਾ ਸਾਹਿਬ ਵੀ ਇੱਥੇ ਹੋਰ ਆਪਸ਼ਨ ਹੈਗੀਆਂ ਜਿਵੇਂ ਕਈਆਂ ਦੇ ਜੇ ਤੁਸੀਂ ਇਨਵੈਸਟ ਕਰੋ 1 ਮਿਲੀਅਨ ਡਾਲਰ ਜਾਂ ਹਾਫ ਏ ਮਿਲੀਅਨ ਈਵੀ 5 ਕੈਟਾਗਰੀ ਚ ਗ੍ਰੀਨ ਕਾਰਡ ਮਿਲ ਜਾਂਦਾ ਜੀ ਕਈਆਂ ਨੂੰ ਟੀ ਵੀਜ਼ਾ ਮਿਲ ਜਾਂਦਾ ਟੀ ਵੀਜ਼ਾ ਵੀ ਹੁੰਦਾ ਜਿਵੇਂ ਇੱਥੇ ਵਾਖਰੋ ਕੋਈ ਅ ਕੰਪਨੀ ਹੈਗੀ ਜਿਹਦਾ ਬਿਜ਼ਨਸ ਆ ਤੇ ਉਹ ਉਥੋਂ ਮਗਾ ਸਕਦੀ ਹੈ ਉਹਦੀ ਆਪਣੀਆਂ ਸ਼ਰਤਾਂ ਹੁੰਦੀਆਂ ਨੇ ਹਮਮ ਤੇ ਉਹ ਸ਼ਰਤਾਂ ਪੂਰੀਆਂ ਕਰਨੀਆਂ ਇਹ ਨਹੀਂ ਵੀ ਜਿਹੜਾ ਮਰਜ਼ੀ ਆ ਜਾਵੇ ਜਿਵੇਂ ਮਤਲਬ ਸ਼ਰਤਾਂ ਦੇ ਵਿੱਚ ਤੁਸੀਂ ਉਹਨੇ ਦਾ ਕਰ ਸਕਦੇ ਆ ਈਵੀ 2 ਵੀ ਹੈਗਾ ਮਤਲਬ ਇਦਾਂ ਅੱਡ-ਅੱਡ ਹੈਗੇ ਆ ਪਰ ਐਜ਼ ਇਟ ਇਜ਼ ਨਹੀਂ ਹੈਗਾ ਵੀ ਜੇ ਸਿਟੀਜ਼ਨ ਆ ਤਾਂ ਇੱਥੇ ਉਹਨੂੰ ਕੋ ਰਾਈਟ ਆ ਕੇ ਕੰਮ ਕਰਨ ਦਾ ਉਹ ਵਿਜ਼ਿਟ ਤਾਂ ਕਰ ਸਕਦਾ ਕੰਮ ਕਰਨ ਦੀ ਕੋਈ ਪਰਮਿਸ਼ਨ ਨਹੀਂ ਉਹਨਾਂ ਕੈਟਾਗਰੀਜ਼ ਦੇ ਵਿੱਚ ਉਹਨੂੰ ਆਉਣਾ ਪੈਣਾ ਵਰਕ ਪਰਮਿਟ ਨਹੀਂ ਮਿਲ ਸਕਦਾ ਵੀ ਜੇ ਜੌਬ ਕਰਨੀ ਆਉਣੀ ਹੈਗੀ ਨਹੀਂ ਏਦਾਂ ਨਹੀਂ ਹੈਗੀ ਜਸਟ ਬਿਜ਼ਨਸ ਕਰ ਸਕਦੇ ਲੇਕਿਨ ਜਿਹੜੇ ਮੈਂ ਦੱਸਿਆ ਵੀਜ਼ੇ ਜਿਵੇਂ ਕਿ ایਵੀ5 ਹੋ ਗਿਆ ਜਾਂ ਟੀ1 ਵੀਜ਼ਾ ਹੋ ਗਿਆ ਇਹਨਾਂ ਦੇ ਅੰਡਰ ਆ ਕੇ ਉਹ ਕਰ ਸਕਦਾ ਜੀ 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 ਅੱਗੇ ਜਿਹੜਾ ਸਵਾਲ ਉਹ ਤੁਸੀਂ ਆਲਰੇਡੀ ਇਹੋ ਜਿਹੇ ਜਿਹੜੇ ਸਵਾਲਾਂ ਦੇ ਜਵਾਬ ਤੁਸੀਂ ਇੱਕ ਇਕੱਠੇ ਦੇ ਚੁੱਕੇ ਹੋ ਇੰਡੀਆ ਤੋਂ ਸਾਡੀ ਫਾਈਲ ਜਿਹੜੀ ਆ 2009 ਨੂੰ ਐਫ3 ਕੈਟਾਗਰੀ ਚ ਲ ਬੱਚੇ ਦੀ ਉਮਰ ਵੀ ਜਿਹੜੀ 22 ਸਾਲ ਦੀ ਹੋ ਗਈ ਹੈ ਕੀ ਕਰੀਏ ਨਹੀਂ ਐਫਤਰੀ ਕੈਟਗਰੀ ਵੀ ਜਿਹੜੀ ਇੱਥੇ ਵੀ ਬੈਨ ਲੱਗਿਆ ਸੀ ਸੋ ਇਹ ਹੁਣ ਜੇ ਹੁਣ ਬੈਨ ਜਦੋਂ ਵੀ ਹਟਦਾ ਜੀ ਜੀ ਉਦੋਂ ਬਾਅਦ ਇਹ ਸ਼ੁਰੂ ਹੋਊਗੀ ਪਰ ਇਹਨੂੰ ਟਾਈਮ ਉਹਦੋਂ ਘੱਟ ਲੱਗਦਾ ਹੈ F4 ਨਾਲੋਂ ਸੋ ਜੇ ਬੱਚੇ ਦੀ ਉਮਰ ਜਿਹੜੀ 21 ਤੋਂ ਉੱਪਰ ਹੋ ਗਈ ਜੇ ਤਾਂ ਉਹ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਅੰਡਰ ਕਵਰ ਹੋਊਗਾ ਤਾਂ ਹੋ ਸਕਦਾ ਜੀ ਜੀ ਉਹਦੇ ਬਾਰੇ ਫਿਰ ਮੈਨੂੰ ਤੁਸੀਂ ਆਪਣਾ ਜੋ ਵੀ ਅਪਲਾਈ ਕੀਤਾ ਉਹਦੇ ਨਾਲ ਨਾਲ ਅਪਰੂਵਲ ਤੇ ਬੱਚੇ ਦਾ ਬਰਥ ਸਰਟੀਫਿਕੇਟ ਈਮੇਲ ਕਰੋ JPsingh@gmail.com ਤੇ ਮੈਂ ਫਿਰ ਤੁਹਾਨੂੰ ਦੇਖ ਕੇ ਦੱਸ ਦਊਂ ਵੀ ਹੋ ਸਕਦਾ ਕਿ ਅਗਲਾ ਸਵਾਲ ਵੀ ਜਿਹੜਾ ਕੈਨੇਡਾ ਤੋਂ ਪੁੱਛਿਆ ਸੀ ਇਟਲੀ ਤੋਂ ਵੀ ਉਸੇ ਤਰੀਕੇ ਦੇ ਸਾਡੇ ਇੱਕ ਦਰਸ਼ਕ ਪੁੱਛ ਰਹੇ ਜੀ ਅ ਇਟਲੀ ਚ ਸਿਟੀਜ਼ਨ ਹਾ ਯੂਐਸਏ ਆ ਕੇ ਪੱਕੇ ਹੋਣ ਦਾ ਕੀ ਤਰੀਕਾ ਤੁਸੀਂ ਆਲਰੇਡੀ ਦੱਸ ਚੁੱਕੇ ਹਾਂ ਹਾਂਜੀ ਹਾਂਜੀ ਸੇਮ ਤਰੀਕੇ ਜਿਆਦਾ ਹੋਊਗਾ ਅ ਸਟੂਡੈਂਟ ਵੀ ਇਹ ਬਾਰੇ ਕੋਈ ਇੰਡੀਆ ਤੋਂ ਪੁੱਛ ਰਹੇ ਆ ਕਿਸ ਤਰ੍ਹਾਂ ਹੈਗਾ ਅਜਕਲ ਖੁੱਲਾ ਹੈ ਕਿ ਬੰਦ ਹੈ ਤੇ ਕੀ ਪ੍ਰੋਸੀਜਰ ਉਹਦਾ ਸਟੂਡੈਂਟ ਵੀਜ਼ਾ ਦਾ ਇਸ ਤਰ੍ਹਾਂ ਸੀਗਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਾਫੀ ਰੈਸਟ੍ਰਿਕਸ਼ਨਾਂ ਲਾਈਆਂ ਸੀ ਜੀ ਹੁਣ ਦੇਖਦੇ ਆਂ ਵੀ ਜਦੋਂ ਆਹ ਜਿਹੜਾ ਮਤਲਬ ਬੈਨ ਹੈਗਾ ਉਹਦਾ ਖਤਮ ਹੁੰਦਾ ਤੇ ਜਿਹੜੀ ਬਾਰਨ ਐਡਮਿਨਿਸਟ੍ਰੇਸ਼ਨ ਉਹ ਹੀ ਰੈਸਟ੍ਰਿਕਸ਼ਨਾਂ ਤਰ੍ਹਾਂ ਹੀ ਲਾਉ ਲੱਗੀ ਵੀ ਇਨ ਪਰਸਨ ਕਲਾਸਿਸ ਹੁਣ ਤਾਂ ਹੀ ਮਿਲੂਗਾ ਜਾਂ ਫਲਾਣਾ ਸੋ ਜਦੋਂ ਇਹ ਬੈਨ ਹਟੇਗਾ ਟਰੰਪ ਵਾਲਾ ਉਸ ਤੋਂ ਬਾਅਦ ਫਿਰ ਜਿਹੜੀਆਂ ਆੜੜ ਯੂਨੀਵਰਸਿਟੀਆਂ ਜਾਂ ਕਾਲਜੇਜ਼ ਹੈਗੇ ਆ ਉਹਨਾਂ ਦੇ ਵਿੱਚ ਜਦੋਂ ਬੰਦਾ ਅਪਲਾਈ ਕਰੂਗਾ ਜੇ ਉਹ ਉਹਨਾਂ ਦੀ ਕੁਆਲਿਫਿਕੇਸ਼ਨਾਂ ਪੂਰੀਆਂ ਕਰਦੇ ਆ ਤੇ ਉਹਨਾਂ ਨੂੰ ਜਿਹੜਾ I20 ਫਾਰਮ ਮਿਲਦਾ ਤਾਂ ਫਿਰ ਉਹ ਮਤਲਬ ਇਥੇ ਆ ਸਕਦੇ ਨੇ ਪਰ ਉਹਦੇ ਵਿੱਚ ਵੀ ਐਮਬੈਸੀ ਦੀ ਮਰਜ਼ੀ ਹੁੰਦੀ ਆ ਦੇਣਾ ਕਿ ਨਹੀਂ ਦੇਣਾ ਜੂਰੀ ਨਹੀਂ ਹੈਗਾ ਇਹਦੇ ਵਿੱਚ ਜਿਹਨੂੰ ਐਡਮਿਸ਼ਨ ਮਿਲ ਗਈ ਉਹਨੂੰ ਵੀਜ਼ਾ ਮਿਲੀ ਜਾਣਾ ਸੋ ਕਈ ਵਾਰ ਐਡਮਿਸ਼ਨ ਮਿਲ ਪਰ ਜਿਹੜਾ ਪਹਿਲਾ ਸਟੈਪ ਇਹੀ ਹੈ ਵੀ ਐਡਮਿਸ਼ਨ ਮਿਲੇ ਐਡਮਿਸ਼ਨ ਵੀ ਉਹ ਸਕੂਲ ਚ ਮਿਲੇ ਜਾਂ ਕਾਲਜ ਜਿਹੜਾ ਸਟੂਡੈਂਟ ਵੀ ਜਿਹੜੀ ਸਪான்ਸਰ ਕਰਦਾ ਹਰੇਕ ਕਾਲਜ ਸਪான்ਸਰ ਨਹੀਂ ਕਰਦਾ ਸਟੂਡੈਂਟ ਵੀ ਲਈ ਜੀ ਜੀ ਤੇ ਉਥੋਂ I20 ਫਾਰਮ ਮਿਲੇ ਤੇ ਉਹ ਸਪான்ਸਰ ਕਰਨ ਫੇਰ ਤੁਸੀਂ ਐਮਬੈਸੀ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਡੀ ਇੰਟਰਵਿਊ ਆਵੇ ਤੁਸੀਂ ਜਾਓ ਤੇ ਫਿਰ ਉਹ ਦੇਖਦੇ ਨੇ ਵੀ ਇਹ ਵਾਕਈ ਮਤਲਬ ਪੰਡ ਚੱਲਿਆ ਮੁੜ ਕੇ ਆਊਗਾ ਕਿ ਨਹੀਂ ਜਿਹਨਾਂ ਨੂੰ ਇਹ ਲੱਗੇ ਵੀ ਇਹਨੇ ਮੁੰਡਾ ਹੀ ਨਹੀਂ ਤਾਂ ਫੇਰ ਉਹ ਰਿਫਿਊਜ਼ ਵੀ ਕਰ ਸਕਦੇ ਆ ਰਾਈਟ ਨਾਓ ਇੱਥੇ ਕੋਈ ਬੈਨ ਤਣ ਲੱਗ ਬੈਨ ਹੈਗਾ ਲਾਇਆ ਹੋਇਆ ਨਹੀਂ ਬੈਨ ਪਰ ਟਰੰਪ ਨੇ ਹਾਂਜੀ ਜਦੋਂ ਅੱਗੇ ਬੜਾ ਅਜੀਬ ਜਿਹਾ ਸਵਾਲ ਹੈ ਜੀ ਕਹਿੰਦੇ ਯੂ ਐਸ ਸਿਟੀਜ਼ਨ ਦੀ ਵਾਈਫ ਜਿਹੜੀ ਆ 30 ਸਾਲ ਤੋਂ ਬਿਨਾ ਡਾਕੂਮੈਂਟ ਤੇ ਯੂ ਐਸ ਵਿੱਚ ਹੀ ਰਹਿ ਰਹੀ ਹੈ ਵਾਈਫ ਹਾਲੇ ਤੱਕ ਵੀ ਇਲੀਗਲ ਅ ਅੱਜ ਤੱਕ ਕਦੇ ਉਸ ਦੀ ਪਟੀਸ਼ਨ ਫਾਈਲ ਹੀ ਨਹੀਂ ਕੀਤੀ ਕੀ ਨਵੇਂ ਬਾਉਂਡਰੀ ਕਾਨੂੰਨ ਚ ਪੱਕੇ ਹੋਣ ਦੀ ਉਮੀਦ ਹੈ ਦੇਖੋ ਇੰਨੇ ਸਾਲ ਤੋਂ ਰਹਿ ਰਹੇ ਨੇ ਤੇ ਜੇ ਦਾ ਉਹਨਾਂ ਦੀ ਐਂਟਰੀ ਲੀਗਲ ਆ ਲੀਗਲ ਨਹੀਂ ਹੈ ਵੀ ਲਿਖਿਆ ਉਹਨਾਂ ਨੇ ਇਲੀਗਲ ਇਲੀਗਲ ਜੇ ਤਾਂ ਐਂਟਰੀ ਲੀਗਲ ਹੋਵੇ ਫਿਰ ਤਾਂ ਯੂ ਐਸ ਸਿਟੀਜ਼ਨ ਪਟੀਸ਼ਨ ਕਰਕੇ ਆਪਣੀ ਵਾਈਫ ਨੂੰ ਇਥੇ ਗ੍ਰੀਨ ਕਾਰਡ ਦਵਾ ਸਕਦਾ ਪਰ ਜੇ ਉਹਦੀ ਐਂਟਰੀ ਇਲੀਗਲ ਹੈਗੀ ਆ ਫਿਰ ਪਟੀਸ਼ਨ ਤਾਂ ਕੀਤੀ ਜਾ ਸਕਦੀ ਪਰ ਇੰਟਰਵਿਊ ਹੋਊਗੀ ਇੰਡੀਆ ਚ ਉੱਥੇ ਆ ਕੇ 바ਰ ਲੱਗ ਸਕਦਾ 10 ਸਾਲ ਦਾ ਪਰ ਉਹ 바ਰ ਲਈ ਵੀ ਵੇਵਰ ਹੋ ਜਾਂਦਾ 61 ਵੇਵਰ ਕਰਕੇ ਆ ਸਕਦੇ ਆ ਹੁਣ ਇਹ ਸਿਚੁਏਸ਼ਨ ਦੇ ਵਿੱਚ ਜੇ ਇਥੇ ਆਏ ਤਾਂ ਉਹੀ ਜਿਵੇਂ ਆਪਾਂ ਗੱਲ ਕਰਦੇ ਹਟਿਆਂ ਪਹਿਲਾਂ ਵੀ ਇਹ ਇੱਕ ਜਿਹੜੀ ਪ੍ਰਪੋਜ਼ਲ ਰੱਖੀ ਜਰੂਰ ਗਈ ਆ ਵੀ ਜਿਹੜੇ 2001 ਜਨਵਰੀ ਤੋਂ ਪਹਿਲਾਂ ਆਏ ਆ ਜੀ ਜੀ ਉਹ ਸਾਰੇ ਪੱਕੇ ਕਰੋ ਉਹਨਾਂ ਦੇ ਵਿੱਚ ਤਾਂ ਆਬਵੀਅਸਲੀ ਆ ਹੀ ਜਾਣਗੇ ਪਰ ਉਹ ਹੁਣ ਜਿਹੜੀ ਪ੍ਰਪੋਜ਼ਲ ਆ ਉਹ ਕਾਨੂੰਨ ਕਦੋਂ ਬਣਦੀ ਆ ਉਹ ਹਲੇ ਉਹ ਦੇਖਣ ਵਾਲੀ ਗੱਲ ਆ ਵੀ ਜਿੰਨੀ ਦੇਰ ਤੱਕ ਉਹ ਬਣਦੀ ਨਹੀਂ ਹੁਣ ਇਹ ਤੱਕ ਆਪਾਂ ਡੈਫੀਨੇਟਲੀ ਨਹੀਂ ਕਹਿ ਸਕਦੇ ਵੀ ਇਹ ਜ਼ਰੂਰੀ ਉਹ ਚਾਹਣਗੇ ਜਾਂ ਇਹ ਹੋਈ ਜਾਏਗਾ ਜਾਂ ਕਿਉਂਕਿ ਅਜੇ ਨਹੀਂ ਪਤਾ ਕਿ ਉਹ ਕਾਨੂੰਨ ਕਦੋਂ ਬਣੇਗਾ ਜੇ ਬਣੇਗਾ ਨਾ ਦੱਸ ਚੁੱਕੇ ਜੇ ਬਣੇਗਾ ਤਾਂ ਉਹਦੇ ਵਿੱਚੋਂ ਕਿਹੜੀ ਕੈਟਾਗਰੀ ਜਿਹੜੀ ਆ ਉਹ ਆਏਗੀ ਕਿਹੜੀ ਕੱਢੀ ਜਾਏਗੀ ਕੀ ਸ਼ਰਤਾਂ ਹੋਣਗੀਆਂ ਇਹ ਪਤਾ ਲੱਗੇਗਾ ਪਬਲਿਕ ਚਾਰਜ ਰੂਲ ਬਾਰੇ ਸਾਨੂੰ ਜਾਣਕਾਰੀ ਚਾਹੀਦੀ ਹੈ ਜੀ ਕਹਿੰਦੇ ਇਹ ਬੜਾ ਲੰਬਾ ਚੌੜਾ ਇੱਕ ਸਬਜੈਕਟ ਆਪਾਂ ਇੱਕ ਸਪੈਸ਼ਲ ਪ੍ਰੋਗਰਾਮ 'ਤੇ ਲੈ ਕੇ ਆਵਾਂਗੇ ਰਧਾਵਾ ਸਾਹਿਬ ਲੇਕਿਨ ਬੇਸਿਕਲੀ ਇਹ ਆ ਵੀ 트ੰਪ ਐਡਮਿਨਿਸਟ੍ਰੇਸ਼ਨ ਨੇ ਬਣਾਇਆ ਸੀ ਉਹਦਾ ਮਤਲਬ ਇਹ ਆ ਵੀ ਜਿਹੜਾ ਬੰਦਾ ਬਾਹਰੋਂ ਆ ਰਿਹਾ ਜਿਵੇਂ ਕਿਸੇ ਨੇ ਆਪਣੇ ਹਸਬੰਡ ਵਾਈਫ ਦਾ ਕੀਤਾ ਭੈਣ ਭਰਾ ਦਾ ਕੀਤਾ ਜਾਂ ਮਾਪੇ ਦਾ ਕੀਤਾ ਕੋਈ ਕੈਟਗਰੀਆਂ ਜਾਂ ਮੈਰਿਡ ਬੱਚਿਆਂ ਦਾ ਕੀਤਾ ਜੇ ਉਹਨਾਂ ਨੂੰ ਇਹ ਸੰਭਾਵਨਾ ਹੈਗੀ ਵੀ ਉਹ ਬੰਦਾ ਇੱਥੇ ਆ ਕੇ ਜਿਹੜੇ ਸਰਕਾਰੀ ਜਿਹੜੇ ਮਤਲਬ ਪ੍ਰੋਗਰਾਮ ਨੇ ਉਹਨਾਂ ਦਾ ਇਸਤੇਮਾਲ ਕਰੇਗਾ ਜਿਵੇਂ ਮੈਡੀਕਲ ਹੋ ਗਿਆ ਫ੍ਰੀ ਵਾਲਾ ਉਦੋਂ ਬਾਅਦ ਫੂਡ ਸਟੈਂਪ ਆਉਗੀਆਂ ਉਦੋਂ ਬਾਅਦ ਜਿਹੜੀ ਮਤਲਬ ਗਵਰਨਮੈਂਟ ਦੇ ਜਿਹੜੇ ਹੋਰ ਪ੍ਰੋਗਰਾਮ ਹੁੰਦੇ ਨੇ ਜਿਸ ਤਰ੍ਹਾਂ ਵੀ ਜਿਹੜੇ ਕਈ ਇਹਨਾਂ ਦੇ ਅਨ ਇਮਪਲੋਇਮੈਂਟ ਵੀ ਆ ਜਾਂਦੀ ਉਹਦੇ ਵਿੱਚ ਓਕੇ ਵੀ ਉਹ ਬੰਦਾ ਇੱਥੇ ਜਿਹੜੀਆਂ ਸਰਕਾਰੀ ਸਹੂਲਤਾਂ ਨੂੰ ਵੇਲ ਕਰੇਗਾ ਤੇ ਉਹ ਟੈਕਸ ਪੇਅਰ ਤੇ ਬੋਝ ਪਾਏਗਾ ਉਹਨੂੰ ਉਹ ਇਹ ਕਹਿੰਦੇ ਵੀ ਵੀ ਗਰੰਟ ਵੀਜ਼ਾ ਨਹੀਂ ਦੇਣਾ ਹੂੰ ਹੂੰ ਸੋ ਇਹਦੇ ਵਾਸਤੇ ਜਿਹੜਾ ਪਬਲਿਕ ਚਾਦਾ ਰੂਲ ਬਣਾਇਆ ਗਿਆ ਸੀਗਾ ਪਿਛਲੀ ਐਡਮਿਨਿਸਟ੍ਰੇਸ਼ਨ ਦੁਆਰਾ ਉਹਨੂੰ ਸੁਪਰੀਮ ਕੋਰਟ ਨੇ ਵੀ ਅਫ ਹੋਲਡ ਕਰਤਾ ਸੀ ਵੀ ਸਹੀ ਹੈ ਲੇਕਿਨ ਹੁਣ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਵੀ ਇਹ ਜਿਹੜਾ ਰੂਲ ਹੈ ਹਾਰਸ਼ ਆ ਤੇ ਅਸੀਂ ਇਹਨੂੰ ਦੁਬਾਰਾ ਰਿਵਿਊ ਕਰਾਂਗੇ। ਠੀਕ ਹੈ। ਤੇ ਹੋ ਸਕਦਾ ਵੀ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਇਹਨੂੰ ਲਾਗੂ ਨਾ ਕਰੇ। ਹੂੰ ਹੂੰ। ਲੇਕਿਨ ਇਹਦੇ ਮੁਤਾਬਕ ਇਹ ਆ ਕਿ ਜਿਹੜਾ ਬੰਦਾ ਵੀ ਅਪਲਾਈ ਕਰਦਾ ਆਪਣੇ ਮਤਲਬ ਉਸ ਰਿਸ਼ਤੇਦਾਰ ਲਈ ਚਾਹੇ ਹਸਬੰਡ ਵਾਈਫ ਲਈ ਕਰ ਰਿਹਾ ਚਾਹੇ ਉਹ ਆਪਣੇ ਭੈਣ ਭਰਾ ਲਈ ਕਰ ਰਿਹਾ ਉਹ ਬੰਦਾ ਜਿਹੜਾ ਹੈਗਾ ਉਹਨੇ ਕੋਈ ਜਿਹੜੇ ਗਵਰਨਮੈਂਟ ਦੇ ਬੈਨੀਫਿਟ ਨਾ ਲਏ ਹੋਣ। ਖਾਸ ਕਰਕੇ ਵੈਲਫੇਅਰ ਨਾਲ ਲਈ ਹੋਵੇ, ਫੂਡ ਸਟੈਂਪ ਨਾਲ ਲਈਆਂ ਹੋਣ। ਉਦੋਂ ਬਾਅਦ ਜਿਹੜਾ ਮੈਡੀਕਲ ਹੁੰਦਾ ਫ ਤੇ ਹੈ ਤਾਂ ਹਾਰਸ਼ ਹੈ ਕਿਉਂਕਿ ਆਫਟਰ ਆਲ ਜੇ ਕਿਸੇ ਨੂੰ ਕੋ ਲੋਡ ਪੈ ਜਾਏ ਤਾਂ ਬੰਦਾ ਥੋੜੀ ਆ ਵੀ ਉਹਨੇ ਅਪਲਾਈ ਕੀਤਾ ਤਾਂ ਉਹ ਫਿਰ ਇਸੇ ਗੱਲ ਤੇ ਨਾ ਲਵੇ ਵੀ ਮੈਂ ਅਪਲਾਈ ਕੀਤਾ ਜੀ ਲੇਕਿਨ ਕਿਉਂਕਿ 트럼ਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਨੇ ਕਾ ਤੱਕੇ ਹੋਏ ਆ ਇਹ ਵੀ ਇੱਕ ਤੱਕਾ ਹੀ ਆ ਜਿਹੜਾ ਕੀਤਾ ਉਹਨਾਂ ਨੇ ਲੇਕਿਨ ਇਹਨੂੰ ਹੋ ਸਕਦਾ ਕਿ ਜਿਹੜੀ ਬਾਇਰਨ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਉਹ ਨਾ ਇਹਨੂੰ ਅਪਰੂਵ ਕਰੇ ਕਿਉਂਕਿ ਉਹ ਚੋ ਇਹ ਕਹਿੰਦੇ ਨੇ ਵੀ ਜੇ ਜਿਹੜਾ ਬੁਲਾ ਰਿਹਾ ਬੰਦਾ ਉਹ ਆਪ ਹੀ ਜਿਹੜੀ ਹੈਗੀ ਪਬਲਿਕ ਸਿਸਟੈਂਸ ਲੈ ਰਿਹਾ ਜੀ ਤਾਂ ਜਿਹੜਾ ਆਏਗਾ ਉਹ ਵੀ ਇਸੇ ਤਿਹੇ ਹੋਏਗਾ ओके ਇਹਦੇ ਨਾਲ ਲੱਗਦਾ ਇੱਕ ਹੋਰ ਰੂਲ ਇੰਪਲੀਮੈਂਟ ਕੀਤਾ ਇਹਨਾਂ ਨੇ 트럼ਪ ਸਰਕਾਰ ਨੇ ਉਹ ਹੈਗਾ ਉਥੋਂ ਹੈਲਥ ਇੰਸ਼ੋਰੈਂਸ ਦਾ ਜਿਹੜਾ ਬੰਦਾ ਉਥੋਂ ਆਉਂਦਾ ਉਹ ਕਹਿੰਦੇ ਹੈਲਥ ਇੰਸ਼ੋਰੈਂਸ ਹੋਣੀ ਚਾਹੀਦੀ ਉਹਦੇ ਕੋਲ ਹੁਣ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਜਿੰਨੀ ਦੇਰ ਤੱਕ ਬੰਦੇ ਕੋਲ ਸੋਸਾਇਟੀ ਨੰਬਰ ਨਹੀਂ ਜਿੰਨੀ ਦੇਰ ਇੱਥੇ ਕੋ ਟਿਕਾਣਾ ਨਹੀਂ ਉਹ ਉਹ ਜਿਹੜੀ ਹੈਗੀ ਮਿਲਦੀ ਨਹੀਂ ਹੈਗੀ ਤੇ ਉਹ ਹੁਣ ਕਿੱਥੋਂ ਲੈਣੀ ਆ ਠੀਕ ਹੈ ਨਾ ਉਹ ਵੀ ਇੱਕ ਵੱਡਾ ਇਸ਼ੂ ਆ ਉਹਦੇ ਬਾਰੇ ਵੀ ਜਿਹੜੀ ਬੈਰਨ ਐਡਮਿਨਿਸਟ੍ਰੇਸ਼ਨ ਆ ਉਹ ਕਰ ਰਹੀ ਆ ਵੀ ਇਹਨੂੰ ਰੋਕਿਆ ਜਾਵੇ ਵੀ ਹਾਰਸ਼ਾ ਬੰਦਾ ਆ ਕੇ ਤਾਂ ਲੈ ਸਕਦਾ ਉਹਨੂੰ ਆ ਕੇ ਕਹਿ ਦੇਣ ਕਿ ਭਾਈ ਤੂੰ 6 ਮਹੀਨੇ ਚ ਲੈ ਲੈ ਠੀਕ ਹੈ ਨਾ ਉਹ ਤਾਂ ਗੱਲ ਹੋਈ ਪਰ ਜਿਹੜਾ ਇੰਡੀਆ ਤੋਂ ਲੈ ਕੇ ਆਵੇ ਸੋ ਇੰਸ਼ੋਰੈਂਸ ਮਿਲਦੀ ਨਹੀਂ ਸੋ ਹੈਲਥ ਚੋਅ ਇੰਡੀਆ ਤੋਂ ਬੰਦਾ ਅਮਰੀਕਾ ਦੀ ਕਿਦਾਂ ਲੈ ਕੇ ਆ ਜੂਗਾ ਸੋ ਇਹ ਗੱਲ ਜਿਹੜੀ ਹੈਗੀ ਸਮਝ ਤੋਂ ਬਾਹਰ ਆ ਜੀ ਬਿਲਕੁਲ ਅਗਲਾ ਸਵਾਲ ਆ ਜੀ ਕਹਿੰਦਾ ਜੌਰਜੀਆ ਕੈਂਪਸ ਚ 2019 ਚ ਬੌਂਡ ਭਰਿਆ ਸੀ ਫਿਰ 5 ਸਾਲ ਲਈ ਇਮੀਗ੍ਰੇਸ਼ਨ ਰਿਪੋਰਟ ਕਰ ਹੁਣ ਮੈਂ ਕੀ ਕਰਾਂ ਦੇਖੋ ਇਸ ਤਰ੍ਹਾਂ ਹੈਗਾ ਕਿ ਆਪਾਂ ਪਹਿਲਾਂ ਗੱਲ ਕਰਦੇ ਹਟੇ ਆ ਵੀ ਜਿਹੜੇ ਬੰਦੇ ਡਿਪੋਰਟ ਹੋਏ ਆ ਇਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਬਹੁਤ ਜ਼ਿਆਦਾ ਬੰਦੇ ਡਿਪੋਰਟ ਹੋਏ ਕਿਉਂਕਿ ਸਰਕਾਰ ਦੀ ਨੀਤੀ ਇਹ ਸੀ ਵੀ ਡਿਪੋਰਟ ਕਰੋ ਜਿਹੜਾ ਆ ਗਿਆ ਜ਼ੀਰੋ ਟੋਲਰੈਂਸ ਪਾਲਿਸੀ ਸੀਗੀ ਖਾਸ ਕਰਕੇ ਉਹਨਾਂ ਲਈ ਜਿਹੜੇ ਬਾਰਡਰ ਤੇ ਆਉਂਦੇ ਸੀ ਇਹ ਇਸੇ ਕਰਕੇ ਇਹਨਾਂ ਨੇ ਕੇਸ ਇਹ ਬਣਾਇਆ ਕਿ ਸਟੇਨ ਮੈਕਸੀਕੋ ਵੀ ਜਿਹੜੇ ਬੰਦੇ ਆ ਮੈਕਸੀਕੋ ਰਹਿਣ ਉੱਥੇ ਕੇਸ ਲੜਨ ਤੇ ਜੇ ਪਾਸ ਹੁੰਦੇ ਆ ਅਮਰੀਕਾ ਜਾਉਣ ਦੇ ਨਾਂ ਉਹਦਾ ਮਤਲਬ ਆ ਵੀ ਕੋ ਆਵੇ ਹੀ ਨਾ ਮੈਕਸੀਕੋ ਤੋਂ ਪਾਸ ਹੋ ਕੇ ਕਿਹੜਾ ਅਮਰੀਕਾ ਚ ਆ ਉਹਨਾਂ ਨੂੰ ਕ੍ਰੈਡੀਬਲ ਫੇਅਰ ਇੰਟਰਵਿਊ ਜੋ ਜਿਹੜਾ ਹੈਗਾ ਉਹ ਫੇਲ ਕੀਤਾ ਗਿਆ ਜਿਹਦੇ ਕਰਕੇ ਉਹ ਸੈਲਮ ਲਾ ਨਹੀਂ ਸਕੇ ਰਿਪੋਰਟ ਹੋਏ ਜਾਂ ਕਈ ਬੰਦੇ ਅੰਦਰ ਸੈਲਮ ਲਾਇਆ ਉਹਨਾਂ ਦੇ ਜਿਹੜੇ ਜੱਜ ਸੀ ਬੜੇ ਸਖ ਸੀਗੇ ਉਹਨਾਂ ਨੇ ਕੋਈ ਨਾ ਕੋਈ ਗਰਾਊਂਡ ਬਣਾ ਕੇ ਰਿਪੋਰਟ ਜਿਹੜਾ ਕੇਸ ਫੇਲ ਕੀਤਾ ਰਿਪੋਰਟ ਹੋਈ ਉਹ ਜਿਹੜੇ ਰਿਪੋਰਟ ਹੋਏ ਆ ਜਿਹੜੀ ਆਹ ਨਵੀਂ ਜਿਹੜੀ ਪ੍ਰੋਪੋਜ਼ਲ ਆ ਜਿਹੜਾ ਕਿ ਨਵਾਂ ਆ ਕਾਨੂੰਨ ਬਾਰੇ ਹਾਂ ਬਾਈਡਨ ਸਾਹਿਬ ਨੇ ਕਿਹਾ ਵੀ ਇਦਾਂ ਦਾ ਬਣਾਓ ਹਮ ਹਾਊਸ ਸੈਨੇਟ ਨੂੰ ਉਹਦੇ ਵਿੱਚ ਰੱਖਿਆ ਗਿਆ ਵੀ ਜਿਹੜੇ ਬੰਦੇ ਰਿਪੋਰਟ ਹੋਏ ਆ ਉਹ ਆ ਸਕਦੇ ਆ ਪਰ ਉਹਦੇ ਵਿੱਚ ਇਹ ਨਹੀਂ ਸਪੈਸੀਫਾਈ ਕੀਤਾ ਗਿਆ ਵੀ ਜਿਹੜਾ ਰਿਪੋਰਟ ਹੋਇਆ ਉਹ ਕਿੰਨੀ ਦਿਨ ਅਮਰੀਕਾ ਚ ਰਿਹਾ ਹੋਣਾ ਚਾਹੀਦਾ ਵੀ ਕੀ ਉਹ 6 ਮਹੀਨੇ ਰਿਹਾ ਹੋਵੇ ਕੀ ਉਹ 3 ਮਹੀਨੇ ਰਿਹਾ ਹੋਵੇ ਕੀ ਉਹ ਸਾਲ ਰਿਹਾ ਹੋਵੇ ਕਿ ਕਿ ਉਹ ਇੱਕ ਦਿਨ ਰਿਹਾ ਹੋਵੇ ਸੋ ਜੇ ਉਹਦੀ ਜਿਹੜੀ ਡਿਟੇਲ ਆ ਉਹ ਪਤਾ ਲੱਗੂਗੀ ਤਾਂ ਫੇਰ ਲੱਗੇਗਾ ਵੀ ਆ ਸਕਦੇ ਕਿ ਨਹੀਂ ਨਾਲੇ ਕੀ ਪਤਾ ਇਹ ਜਿਹੜਾ ਜਿਹੜੀ ਪ੍ਰੋਵੀਜ਼ਨ ਆ ਪਾਸ ਹੋਣੀ ਵੀ ਆ ਕਿ ਨਹੀਂ ਕਿਉਂਕਿ ਇਹਦੇ ਵਿੱਚੋਂ ਜਿਹੜਾ ਇਹਨਾਂ ਨੇ ਬੜਾਇਆ ਕਈ ਪ੍ਰੋਵੀਜ਼ਨਾਂ ਜਿਹੜੀਆਂ ਨੇ ਉਹ ਕੱਢੀਆਂ ਜਾ ਸਕਦੀਆਂ ਨੇ ਤੇ ਹੋ ਸਕਦਾ ਇਹ ਇਹ ਪ੍ਰੋਵੀਜ਼ਨ ਕੱਢੀ ਵੀ ਜਾਵੇ ਉਹ ਚੋਂ ਠੀਕ ਹੈ ਇੱਕ ਦਰਸ਼ਕ ਲਿਖ ਰਿਹਾ ਜੀ ਅਕਤੂਬਰ 20 ਰ ਐਫ 4 ਕੇਸ ਅਪਲਾਈ ਕੀਤਾ ਸੀ ਕੋਈ ਉਹਨਾਂ ਨੂੰ ਕੁਛ ਆਇਆ ਨਹੀਂ ਹਲਤ ਦੇਖੋ ਉੱਥੇ 2005 ਚੱਲ ਰਿਹਾ ਪਰ ਇਹ 2004 ਦਾ ਜੇ ਜੇ 4 ਦਾ ਕੀਤਾ ਤੇ ਦਾ ਮਤਲਬ ਹੈ ਵੀ ਜਾਂ ਤਾਂ ਇਹਨਾਂ ਜਿਹੜੇ ਇਹਨਾਂ ਦੇ ਰਿਲੇਟਿਵ ਨੇ ਇੱਥੇ ਇਹਨਾਂ ਦੇ ਜਾਨੀ ਕਿ ਭੈਣ ਜਾਂ ਭਰਾ ਨੇ ਕੀਤਾ ਹੋਣਾ ਜਾਂ ਇਹਨਾਂ ਦੇ ਵਾਈਫ ਜਾਂ ਹਸਬੰਡ ਦੇ ਭੈਣ ਜਾਂ ਭਰਾ ਨੇ ਤਾਂ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਨੂੰ ਜੇ ਕੁਛ ਨਹੀਂ ਆਇਆ ਤਾਂ ਉਹ ਇਮੀਗ੍ਰੇਸ਼ਨ ਨਾਲ ਜਾਂ ਐਨਵੀਸੀ ਨਾਲ ਕੰਟੈਕਟ ਕਰਨ ਕਈ ਵਾਰੀ ਇਮੀਗ੍ਰੇਸ਼ਨ ਤੋਂ ਐਨਵੀਸੀ ਨੂੰ ਭੇਜਣਾ ਰਹਿ ਜਾਂਦਾ ਓਕੇ ਤੇ ਉਹ ਕੰਟੈਕਟ ਕਰਨ ਤੇ ਉਹ ਲਾ ਕੇ ਉਹਨਾਂ ਦੀ ਵਾਰੀ ਆਵੇ ਸੋ ਇਸ ਕਰਕੇ ਕਿਉਂਕਿ ਹੁਣ ਤਾਂ ਮਤਲਬ 5-4 ਰਹਿ ਚਾਰ ਤਾਂ ਪਿੱਛੇ ਰਹਿ ਗਿਆ ਸੋ ਜੇ ਨਹੀਂ ਆਇਆ ਤਾਂ ਕੋਈ ਕੋ ਮਸਲਾ ਹੈਗਾ ਇਹਦੀ ਇਨਕੁਆਰੀ ਕਰਨੀ ਚਾਹੀਦੀ ਆ ਤੇ ਜੇ ਇਹਨਾਂ ਨੇ ਮੇਰੇ ਨਾਲ ਕੰਟੈਕਟ ਕਰਨਾ ਤਾਂ ਮੈਨੂੰ ਫੋਨ ਕਰ ਲੈਣਾ 917 915 4443 ਜਾਂ ਮੈਨੂੰ ਈਮੇਲ ਕਰਨ ਤਾਂ ਸਾਰਾ ਪੇਪਰ ਵਰਕ ਆਪਣਾ ਭੇਜਣਾ ਜਿਹੜੀ ਅਪਰੂਵਲ ਆਈ ਆ ਉਹਦੀ ਤਾਂ ਅਸੀਂ ਪਤਾ ਕਰਕੇ ਦੇਖ ਲੈਣਾ ਵੀ ਕੀ ਗੱਲ ਆ ਫਰਵਰੀ ਚ ਮੈਰਿਜ ਕੇਸ ਦੀ ਫਾਈਲ ਜਿਹੜੀ ਸੀ ਯੂ ਐਸ ਵਿੱਚ ਲੱਗੀ ਸੀ ਫਰਵਰੀ 2020 ਫਿੰਗਰਪ੍ਰਿੰਟ ਹਲੇ ਤੱਕ ਨਹੀਂ ਆਇਆ 1 ਸਾਲ ਹੋ ਗਿਆ ਦੇਖੋ ਫਿੰਗਰਪਿੰਟ ਤਾਂ ਦੇਖੋ ਪਿੱਛੇ ਦਾ ਫਿੰਗਰਪ੍ਰਿੰਟ ਬੰਦ ਕਰ ਦਿੱਤੇ ਜਦੋਂ ਇਮੀਗ੍ਰੇਸ਼ਨ ਬੰਦ ਹੋਈ ਆ ਉਦੋਂ ਬਾਅਦ ਇਹਨਾਂ ਨੇ ਮੇਰੇ ਖਾਲਾ ਗਾਸ ਵਿੱਚ ਫੇਸ ਸ਼ੁਰੂ ਕੀਤੇ ਆ ਜੀ ਉਹਦੇ ਕਰਕੇ ਟਾਈਮ ਲੱਗ ਰਿਹਾ ਪਰ ਫੇਰ ਵੀ ਇਹਨਾਂ ਨੂੰ ਚਾਹੀਦਾ ਉਥੋਂ ਪਤਾ ਕਰਨੇ ਇਮੀਗ੍ਰੇਸ਼ਨ ਤੋਂ ਕਿਉਂਕਿ ਹੁਣ ਤਾਂ ਸਾਰਾ ਕੁਝ ਖੁੱਲਾ ਤੇ ਠੀਕ ਆ ਹੁਣ ਡੇਟਾ ਘਟ ਆ ਰਹੀਆਂ ਨੇ ਪਰ ਆ ਰਹੀਆਂ ਨੇ ਸਾਡੀਆਂ 2 ਸੈਂਡ ਛਿਪ ਦੀਆਂ ਇੰਟਰਵਿਊਆਂ ਸੀਗੀਆਂ ਜਿਹੜੀਆਂ ਹੋਈਆਂ ਪਿਛਲੇ ਹਫ਼ਤੇ ਚੋਂ ਠੀਕ ਆ ਦੋਨੇ ਪਾਸ ਹੋ ਗਏ ਉਹ ਉਹਨਾਂ ਨੂੰ ਸੌ ਦੀ ਰੇਟ ਬੜੀ ਜਲਦੀ ਦੇਤੀ ਆ ਅੱਛਾ ਹਾਂ ਉਹਨਾਂ ਨੂੰ ਇਸੇ ਵੀਕ ਦੀ ਹਫ਼ਤੇ ਦੇ ਵਿੱਚ ਵਿੱਚ ਹੀ ਸੌ ਦੀ ਮਿਲ ਗਈ ਆ ਤੇ ਇੰਟਰਵਿਊ ਵੀ ਹੁੰਦੀਆਂ ਨੇ ਸਾਡੇ ਚਾਰ ਐਤਕੀ ਰੰਧਾਵਾ ਸਾਹਿਬ ਕੋਰਟ ਚ ਕੇਸ ਸੀਗੇ ਜਿਹੜੇ ਇੰਡੀਵਿਜੂਅਲ ਡਾਟਾ ਸੀ ਸੈਲਮ ਦੀਆਂ ਜਿਹੜੇ ਕਿ ਫਾਈਨਲ ਡੇਟ ਪੈ ਰਹੀ ਮਾਸਟਰ ਨਹੀਂ ਪੈ ਰਹੀਆਂ ਜੀ ਤੇ ਉਹ ਆਕਾਰਪੁਰਖ ਦੀ ਕਿਰਪਾ ਨਾਲ ਚਾਰੇ ਪਾਸ ਹੋਏ ਆ ਵੈਰੀ ਗੁੱਡ ਤੇ ਰਿਜ਼ਲਟ ਜਿਹੜਾ ਹੁਣ ਐਤਕੀ ਮੈਂ ਇਹ ਦੇਖਿਆ ਕਿ ਜਿਉਂ ਦਾ ਕਰੋਨਾ ਦਾ ਸ਼ੁਰੂ ਹੋਇਆ ਜਿਹੜਾ ਚਾਹੇ ਉਹ ਸਿਟੀਨਸ਼ਿਪ ਦੇ ਕੇਸ ਨੇ ਚਾਹੇ ਸੈਲਮ ਦੇ ਕੇਸ ਨੇ ਕੋਟਾਂ ਦੇ ਚਾਹੇ ਗ੍ਰੀਨ ਕਾਰ ਵਾਲੇ ਨੇ ਉਹਨਾਂ ਦੀ ਪਾਸਿੰਗ ਪਰਸੈਂਟੇਜ ਬਹੁਤ ਜ਼ਿਆਦਾ ਹੈ ਮਤਲਬ ਜਿਦੀ ਵੀ ਇੰਟਰਵਿਊ ਆ ਜਾਂਦੀ ਆ ਉਹ ਜੇ ਅੱਗੇ ਫਰਜ ਕਰੋ 50 60% ਪਾਸ ਹੁੰਦੇ ਸੀ ਕੇਸ ਹੁਣ 80 90% ਆ ਸੋ ਇਸ ਕਰਕੇ ਪਾਸਿੰਗ ਪਰਸੈਂਟੇਜ ਜ਼ਿਆਦਾ ਜੀ ਜੀ ਤੇ ਇਸ ਕਰਕੇ ਲੇਕਿਨ ਇੰਟਰਵਿਊ ਘਟਾ ਜਿਵੇਂ ਹੁਣ ਅੱਗੇ ਫਰਜ ਕਰੋ ਜੇ ਰੋਜ਼ ਦੀ 100 ਇੰਟਰਵਿਊ ਹੁੰਦੀ ਸੀ ਹੁਣ 10 ਹੁੰਦੀ ਆ ਉਹ ਲਾਂਡਰੀ ਵਾਲੀ ਗੱਲ ਆ ਵੀ ਕਿਹਦੀ ਆ ਗਈ ਕਿਹਦੀ ਨਹੀਂ ਆਈ ਲੇਕਿਨ ਜੇ ਆ ਗਈ ਤਾਂ ਉਹ ਪਾਸ ਹੋਣ ਦੀ ਉਮੀਦ ਕਾਫੀ ਜ਼ਿਆਦਾ ਸੋ ਇਸ ਕਰਕੇ ਇਹ ਨੀਮ ਕਰਾ ਵੀ ਹਰੇਕ ਕੇਸ ਹੀ ਪਾਸ ਹੁੰਦਾ ਪਰ ਅੱਗੇ ਨਾਲੋਂ ਜਿਹਨੂੰ ਕਹ ਲੋ ਵੀ ਜੇ ਅੱਗੇ ਪਰਸੈਂਟੇਜ ਵਾਦੀ 50 60 ਸੀ 80 ਹੁੰਦੇ ਆ ਜੀ ਲੇਕਿਨ ਇਹ ਹੈਗਾ ਕਿ ਇਹਨਾਂ ਨੂੰ ਚਾਹੀਦਾ ਇਮੀਗ੍ਰੇਸ਼ਨ ਤੋਂ ਪਤਾ ਕਰਨ ਇਹਨਾਂ ਨੇ ਜੇ ਕਿਸੇ ਵਕੀਲ ਤੋਂ ਅਪਲਾਈ ਕਰਾਇਆ ਤਾਂ ਉਹ ਪਤਾ ਕਰੇ ਜਾਂ ਆਪ ਕਰਨ ਵੀ ਕਿਉਂ ਨਹੀਂ ਫਿੰਗਰਪ੍ਰਿੰਟ ਆਏ ਤਾਂ ਆਉਣੇ ਚਾਹੀਦੇ ਆ ਪਰ ਡਿਲੇ ਵੀ ਹੈਗੀ ਆ ਉਹਦੇ ਚ ਜੀ 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 ਅ ਅਗਲਾ ਸਵਾਲ ਹੈ ਜੀ ਸੈਲਮ ਕੇਸ ਦੀ ਫਾਈਨਲ ਡੇਟ ਜਿਹੜੀ ਆ 21 ਜੂਨ 2020 ਸੀ ਕੋਵਿਡ ਕਰਕੇ ਹਿਅਰਿੰਗ ਪੋਸਟਪੋਨ ਹੋ ਗਈ ਹੁਣ ਦੁਬਾਰਾ 21 April 2021 ਨੂੰ ਮਾਸਟਰ ਹਿアリング ਮਿਲ ਗਈ ਆ ਮਾਸਟਰ ਦੇ ਬਦਲੇ ਕੋਈ ਫਾਈਨਲ ਡੇਟ ਨਹੀਂ ਮਿਲ ਸਕਦੀ ਸਾਨੂੰ ਇਹ ਇੱਕ ਦੇਖੋ ਗੱਲ ਇਹ ਹੁੰਦੀ ਆ ਜੱਜ ਦੀ ਮਰਜ਼ੀ ਹੁੰਦੀ ਆ ਉਹਨਾਂ ਨੇ ਮਾਸਟਰ ਡੇਟ ਐਸ ਕਰਕੇ ਪਾਉਂਦੇ ਆ ਵੀ ਉਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਫਾਈਨਲ ਡੇਟ ਕਦੋਂ ਦੇਣੀ ਆ ਸੋ ਇਸ ਕਰਕੇ ਮਤਲਬ ਹੋ ਸਕਦਾ ਇਹਨੂੰ ਉਹ ਜੇ ਮਾਸਟਰ ਪਹਿਲਾਂ ਹੋ ਗਈ ਆ ਆਲਰੇਡੀ ਤਾਂ ਸਿੱਧੀ ਫਾਈਨਲ ਚ ਕਨਵਰਟ ਕਰ ਦੇਣ ਵੀ ਫਾਈਨਲ ਡੇਟ ਦੇ ਜਿਹੜਾ ਦੁਬਾਰਾ ਇਹ ਮਲੇ ਡੇਟ ਨੂੰ ਕੈਨਸਲ ਕਰਕੇ ਜੀ ਜੀ ਤੇ ਫਾਈਨਲ ਡੇਟ ਦੁਬਾਰਾ ਆ ਜਵੇ ਪਰ ਇਹ ਵੀ ਹੋ ਸਕਦਾ ਕਿ ਮਾਸਟਰ ਤੇ ਜਾ ਕੇ ਵੀ ਫਾਈਨਲ ਡੇਟ ਮਿਲੇ ਇਹ ਦੋਨੇ ਗੱਲਾਂ ਹੀ ਆ ਉਹਨਾਂ ਨੇ ਜਿਆਦਾ ਜਿਹੜੀ ਮਤਲਬ ਮਾਸਟਰ ਇਸ ਕਰਕੇ ਪਾਈ ਆ ਕਿ ਉਹਨਾਂ ਕੋਲ ਜੇ ਫਾਈਨਲ ਡੇਟ ਅਵੇਲੇਬਲ ਨਹੀਂ ਹੈਗੀ ਉਹਨਾਂ ਨੂੰ ਪਤਾ ਨਹੀਂ ਵੀ ਕਦੋਂ ਉਹ ਦੇਣ ਕਿਉਂਕਿ ਆਮ ਤੌਰ ਤੇ ਆ ਕਿ ਜਿਹੜੀ ਸਾਡੀ ਅੰਡਰਸਟੈਂਡਿੰਗ ਹੋਏ ਹੈਗੀ ਵੀ ਜਿੰਨੀ ਦੇਰ ਤੱਕ ਕਰੋਨਾ ਦੀ ਵੈਕਸੀਨੇਸ਼ਨ ਨਹੀਂ ਹੋ ਜਾਂਦੀ ਜਿੰਨੀ ਦੇਰ ਤੱਕ ਜਿਹੜਾ ਕਰੋਨਾ ਦੇ ਜਿਹੜੇ ਟੀਕੇ ਨੇ ਉਹ ਆਲਮੋਸਟ ਸਾਰਿਆਂ ਨੂੰ ਨਹੀਂ ਲੱਗ ਜਾਂਦੇ ਉਨੀ ਦੇਰ ਤੱਕ ਇਹ ਡਾਟਾ ਨਹੀਂ ਆਉਣੀ ਆ ਕਿਉਂਕਿ ਆਫਟਰ ਆਲਰੇਡੀ ਇਮੀਗ੍ਰੇਸ਼ਨ ਕੋਰਸ ਨੇ ਜਿਹੜੇ ਉਥੋਂ ਦੇ ਹਾਲ ਨੇ ਉਥੇ ਕੋਈ 에ਅਰ ਦੀ ਵੈਂਟੀਲੇਸ਼ਨ ਨਹੀਂ ਹੈਗੀ ਬਾਹਰੋਂ ਉਥੇ ਬਾਹਰ ਤਾਕੀਆਂ ਬਾਰੀਆਂ ਨਹੀਂ ਹੁੰਦੀ ਆ ਇਨਕਲੋਜ਼ਡ ਏਰੀਆ ਹੁੰਦਾ ਉਹਦੇ ਵਿੱਚ ਫਿਰ ਉਹ ਜਿਹੜਾ ਹੈਗਾ ਹੈ ਹੈਲਥ ਕਨਸਰਨ ਹੈਗਾ ਵੀ ਜੇ ਇੰਨੇ ਬੰਦੇ ਇਕੱਠੇ ਹੋਣਗੇ ਉਹਨਾਂ ਵਿੱਚੋਂ ਇੱਕ ਜਾਂ ਦੋ ਨੂੰ ਵੀ ਕਰੋਨਾ ਹੋਇਆ ਤਾਂ ਉਹ ਸਾਰਿਆਂ ਨੂੰ ਹੋ ਸਕਦਾ ਤੇ ਉਥੇ ਸਪੇਸ ਵੀ ਘੱਟ ਹੁੰਦੀ ਹੈ 6 6 ਊੜਾ ਫੁੱਟ ਦਾ ਹੈਗਾ ਉਹ ਵੀ ਨਹੀਂ ਡਿਸਟੈਂਸ ਰੱਖਿਆ ਜਾ ਸਕਦਾ ਸੋ ਇਹ ਇਸ ਕਰਕੇ ਤਾਂ ਕਰਕੇ ਉਹ ਡਾਟਾ ਅੱਗੇ ਕਰ ਰਿਹਾ ਜੀ ਅ ਅਗਲੇ ਦਰਸ਼ਕ ਲਿਖਦੇ ਜੀ F4 ਵੀਜ਼ਾ ਕੋਵਿਡ ਲੌਕਡਾਊਨ ਕਰਕੇ ਐਕਸਪਾਇਰ ਹੋ ਗਿਆ ਕੁਝ ਹੱਲ ਹੋ ਸਕਦਾ ਲੌਕਡਾਊਨ ਕਰਕੇ ਐਕਸਪਾਇਰ ਹੋ ਗਿਆ ਇਹ ਇਹ ਅਮਰ ਇਹਨਾਂ ਨੂੰ ਵੀਜ਼ਾ ਉੱਥੇ ਮਿਲਿਆ ਹੋਣਾ ਇੰਡੀਆ ਦੇ ਵਿੱਚ ਹਾਂ ਮਿਲ ਚੁੱਕਾ ਇਹ ਤਾਂ ਐਮਬੈਸੀ ਨਾਲ ਕੰਟੈਕਟ ਕਰਨ ਤੇ ਐਮਬੈਸੀ ਵਾਲੇ ਦੁਬਾਰਾ ਵੀਜ਼ਾ ਦੇਣਗੇ ਹੋ ਸਕਦਾ ਕਿ ਵੀਜ਼ਾ ਦੇਣ ਲੱਗੇ ਉਹਨਾਂ ਦਾ ਮੈਡੀਕਲ ਦੁਬਾਰਾ ਮੰਗਣ ਜਾਂ ਇਹਨਾਂ ਦੀ ਜਿਹੜੀ ਪੁਲਿਸ ਕਲੀਅਰੈਂਸ ਆ ਦੁਬਾਰਾ ਮੰਗਣ ਪਰ ਐਮਬੈਸੀ ਨੂੰ ਇਹ ਈਮੇਲ ਕਰਨ ਤਾਲਮਿਲ ਕਰਨ ਉਹ ਇਹਨਾਂ ਨੂੰ ਦੁਬਾਰਾ ਵੀਜ਼ਾ ਦੇ ਸਕਦੇ ਆ ਅਗਲਾ ਸਵਾਲ ਹੈਗਾ ਜੀ ਕਿ ਕੀ ਜਿਹੜੇ ਕੇਸ ਰੁੱਕ ਗਏ ਸੀਗੇ ਉਹ ਟ੍ਰੰਪੋ ਹਰੋਨਾਂ ਰੋਕੇ ਸੀ ਉਹ ਬਾਈਡਨ ਦੇ ਹੌਣ ਨਾਲ ਤੇਜ਼ ਹੋਣਗੇ ਆਉਣ ਵਾਲੇ ਸਮੇਂ ਵਿੱਚ ਦੇਖੋ ਇਹ ਇਹ ਵੀ ਡਿਪੈਂਡ ਕਰੇਗਾ ਕਿ ਕੀ ਮਤਲਬ ਕਿਹਾ ਤਾਂ ਹੈ ਉਹਨਾਂ ਨੇ ਜੀ ਇਹ ਜਿਹੜਾ ਹੁਣ ਕਾਨੂੰਨ ਮਤਲਬ ਬਣਨ ਜਾ ਰਿਹਾ ਇਹਦੇ ਵਿੱਚ ਵੀ ਰੱਖਿਆ ਜੀ ਬਾਇਰਨ ਐਡਮਿਨਿਸਟ੍ਰੇਸ਼ਨ ਨੇ ਕਿ ਜਿਹੜੇ ਇਹ ਸਾਰੀਆਂ ਕੈਟਗਰੀਆਂ ਹੈਗੇ ਜਿਵੇਂ F4 ਕੈਟਗਰੀ ਹੈ F3 ਆ ਇਹਨਾਂ ਦੇ ਵੀਜ਼ਾ ਨੰਬਰ ਵਧਾਈ ਜਾਣ ਇਹ ਵੀ ਉਹ ਚ ਹੈਗਾ ਵੀ ਜਿਹੜੇ ਬੰਦੇ ਨੂੰ ਜ਼ਿਆਦਾ ਦੇਰ ਲੱਗ ਰਹੀ ਆ ਉਹਨਾਂ ਨੂੰ ਇੱਥੇ ਆਉਣ ਵਾਸਤੇ ਟੈਂਪਰੀ ਵੀਜ਼ੇ ਜਿਹੜੇ ਹੈਗੇ ਆ ਜੀ ਉਹ ਦਿੱਤੇ ਜਾਣ ਤੇ ਇੱਥੇ ਉਹ ਕੰਮ ਕਰ ਸਕਣ ਆਗੇ ਸੋ ਇਹ ਉਹ ਚ ਹੈ ਸਾਰਾ ਜੀ ਜੀ ਪਰ ਉਹ ਹੁਣ ਇੰਪਲੀਮੈਂਟ ਹੋਊਗਾ ਜਾਂ ਪਾਸ ਹੋਊਗਾ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ 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 ਹਾਂਜੀ ਤੁਹਾਡਾ ਧੰਨਵਾਦ ਜੀ ਦੋਸਤੋ ਇਹ ਸੀ ਸਦਾ ਜਸਪੀਤ ਸਿੰਘ ਅਟਾਰਨੀ ਐਡ ਲਾ ਬਹੁਤ ਸਾਰੇ ਤੁਹਾਡੇ ਇਮੀਗ੍ਰੇਸ਼ਨ ਬਾਬਤ ਜਿਹੜੇ ਇਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਆ ਇਹਨਾਂ ਨਾਲ ਤੁਸੀਂ ਸਿੱਧਾ ਵੀ ਰਾਬਤਾ ਕਾਇਮ ਕਰ ਸਕਦੇ ਹੋ ਇਹਨਾਂ ਦਾ ਫੋਨ ਨੰਬਰ 9179154142 ਤੁਸੀਂ ਇਹਨਾਂ ਦਾ ਨੰਬਰ ਜਿਹੜਾ ਸਾਡੀ ਸਕਰੀਨ ਤੇ ਵੀ ਹਮੇਸ਼ਾ ਦੇਖਦੇ ਹੋ ਕਦੇ ਵੀ ਕੋਈ ਸਵਾਲ ਕੋਈ ਤੁਹਾਡੀ ਇਮੀਗ੍ਰੇਸ਼ਨ ਸੰਬੰਧੀ ਕੋਈ ਤੁਹਾਡਾ ਮਸਲਾ ਹੈ ਉਹ ਇਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਜਸਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ